ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਆਪਾਂ ਲਗਾਤਾਰ ਲੜੀਵਾਰ ਡਿਸਕਸ ਕਰ ਰਹੇ ਆ ਗ੍ਰੈਂਡ ਸੀਰੀਜ਼ ਜਿਹਦੇ ਵਿੱਚ ਆਪਾਂ ਪੀਟਰ ਪਲਸ ਬੀ ਦੇ ਪੁਰਾਣੇ ਕੁਐਸ਼ਨ ਡਿਸਕਸ ਕਰ ਰਹੇ ਆ ਕੰਪਿਊਟਰ ਦੇ ਆਈਸੀਟੀ ਐਂਡ ਕੰਪਿਊਟਰ ਦੋਨੋਂ ਇੱਕੋ ਹੀ ਗੱਲ ਹੈ ਸੋ ਇਹਦੇ ਵਿੱਚ ਆਪਾਂ ਚੈਪਟਰ ਵਾਈਜ਼ ਪ੍ਰੀ ਪ੍ਰੀਵੀਅਸ ਈਅਰ ਕੁਐਸ਼ਨਸ ਐਂਡ ਲੈਵਲ ਵਾਈਜ਼ ਪ੍ਰੀਵੀਅਸ ਈਅਰ ਕੁਐਸ਼ਨਸ ਸੋ ਤੁਹਾਨੂੰ ਆਲਰੇਡੀ ਪਤਾ ਹੀ ਹੈ ਜਿਹੜੇ ਸਟੂਡੈਂਟ ਦਾ ਮੈਨੇ ਉਹਨਾਂ ਨੂੰ ਦੱਸ ਦੇਣਾ ਕੀ ਚੈਪਟਰ 1 ਤੋਂ ਲੈ ਕੇ ਚੈਪਟਰ 10 ਤੱਕ ਆਪਾਂ 올ਰੀਡੀ ਡਿਸਕਸ ਕਰ ਚੁੱਕੇ ਹਾਂ ਜਿਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਪੇਪਰ ਹੋ ਰਹੇ ਨੇ ਉਹ ਸਾਰੇ ਕੁਐਸਚਨ ਆਪਾਂ ਚੈਪਟਰ ਵਾਈਜ਼ ਤੇ ਲੈਵਲ ਵਾਈਜ਼ ਡਿਸਕਸ ਕੀਤੇ ਨੇ ਲੈਵਲ ਬੇਸਿਕ ਲੈਵਲ ਦੇ ਵਿੱਚ ਬਹੁਤ ਬੇਸਿਕ ਲੈਵਲ ਦੇ ਕੁਐਸਚਨ ਮੀਡੀਅਮ ਦੇ ਵਿੱਚ ਠੀਕ ਜੇ ਤੇ ਹਾਰਡ ਲੈਵਲ ਦੇ ਵਿੱਚ ਆਪਾਂ ਜਿਵੇਂ ਕਿ ਪੇਪਰ ਹੁੰਦੇ ਨੇ ਆਪਾਂ ਨੂੰ ਪਤਾ ਹੈ ਪੰਜਾਬ ਪੁਲਿਸ ਨੇ ਦੇ ਪੇਪਰ ਹੋਏ ਸੀ TCS ਦੇ ਜਾਂ ਕੁਝ ਪੇਪਰ ਹੁੰਦੇ ਨੇ ਜਿਵੇਂ PPCS ਕੰਡਕਟ ਕਰਾਉਂਦਾ ਹੈ ਨਾ ਸੋ ਉਹ ਆਪਾਂ ਰੱਖਾਂਗੇ ਥਰਡ ਲੈਵਲ ਦੇ ਵਿੱਚ ਸੋ ਇਹ ਬੇਸਿਕ ਲੈਵਲ ਦਾ ਹੀ ਜਾਂ ਕਹੇ ਲੋ ਪਾਰਟ 1 ਹੈ ਵੀਡੀਓ ਦਾ ਲੈਵਲ 1 ਕਹਿ ਸਕਦੇ ਆਪਾਂ ਜਿਹਦੇ ਵਿੱਚ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਚੈਪਟਰ 11 ਜਿਹਦੇ ਵਿੱਚ ਟੌਪਿਕ ਹੈਗਾ ਲੈਂਗੁਏਜਸ ਐਂਡ ਟਰਾਂਸਲੇਟਰ ਠੀਕ ਹੈ ਸੋ ਇਹ ਮੇਰਾ ਪ੍ਰੋਫਾਈਲ ਹੈ ਕੁਲਦੀਪ ਸਿੰਘ ਸਿੱਧੂ ਬੀਟੈਕ ਐਮਟੈਕ ਪੀਐਚਡੀ 4 ਟਾਈਮ ਗੇਟ ਕੁਆਲੀਫਾਈਡ UGC NET ਕੁਆਲੀਫਾਈਡ ਐਂਡ 8 ਇਅਰ ਟੀਚਿੰਗ ਐਕਸਪੀਰੀਅੰਸ ਸੋ ਇੰਪੋਰਟੈਂਟ ਟਰਮਾਂ ਨੇ ਜਿਹੜੀਆਂ ਇਸ ਚੈਪਟਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਾਂ ਜਿਹੜੇ ਇਥੋਂ ਕੁਐਸਚਨ ਆਉਂਦੇ ਨੇ ਹਨਾ ਉਹਨਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਟਰਮਾਂ ਹੁੰਦੀਆਂ ਨੇ ਇੱਕ ਜਿਵੇਂ ਸੋਰਸ ਕੋਡ ਆਬਜੈਕਟ ਕੋਡ ਕੀ ਹੁੰਦਾ ਹੈ ਟਰਾਂਸਲੇਟਰ ਕੀ ਹੁੰਦਾ ਹੈ ਕੰਪਾਈਲਰ ਕੀ ਹੁੰਦਾ ਹੈ ਇੰਟਰਪ੍ਰੀਟਰ ਕੀ ਹੁੰਦਾ ਹੈ ਐਸੈਂਬਲਰ ਕੀ ਹੁੰਦਾ ਹੈ ਹਨਾ ਸੋ ਇਹ ਸਾਰੀਆਂ ਗੱਲਾਂ ਆਪਾਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਸੋ ਆਪਾਂ ਸਟਾਰਟ ਕਰਦੇ ਹਾਂ ਇਹ ਆਪਣੇ ਕੋਲੇ ਕੋਈ ਕੋਡ ਲਿਖਿਆ ਹੋਇਆ ਜਿਵੇਂ ਇਹ ਲੈਂਗੁਏਜ ਹੈ ਸੀ ਲੈਂਗੁਏਜ ਦਾ ਪ੍ਰੋਗਰਾਮ ਹੈ ਇਹਨੂੰ ਆਪਾਂ ਬੋਲਦੇ ਹਾਂ ਹਾਈ ਲੈਵਲ ਲੈਂਗੁਏਜ ਅਬ ਅੱਗੇ ਆਪਾਂ ਗੱਲਬਾਤ ਕਰਾਂਗੇ ਵੀ ਲੈਂਗੁਏਜ ਕੀ ਹੁੰਦੀਆਂ ਨੇ ਜਾਂ ਹਾਈ ਲੈਵਲ ਲੈਂਗੁਏਜ ਕੀ ਹੁੰਦੀਆਂ ਨੇ ਲੋ ਲੈਵਲ ਲੈਂਗੁਏਜ ਕੀ ਹੁੰਦੀਆਂ ਨੇ ਹਨਾ ਇਹ ਹੁੰਦਾ ਲੋ ਲੈਵਲ ਲੈਂਗੁਏਜ ਤਾਂ ਕਈ ਵਾਰੀ ਆਪਾਂ ਨੂੰ ਐਸ ਸੱਚ ਦੀ ਐਬਰੀਵੇਸ਼ਨ ਵੀ ਪੁੱਛ ਲੈਂਦਾ ਕਿ ਐਚ ਐਲ ਐਲ ਸਟੈਂਡਸ ਫਾਰ ਹਾਈ ਲੈਵਲ ਲੈਂਗੁਏਜ ਤੇ ਟ੍ਰਿਪਲ ਐਲ ਕੀ ਹੁੰਦਾ ਲੋ ਲੈਵਲ ਲੈਂਗੁਏਜ ਤਾਂ ਇੱਕ ਇਹ ਗੱਲ ਯਾਦ ਰੱਖਣੀ ਹੈ ਕੰਪਿਊਟਰ ਹੈ ਜਿਹੜਾ ਇੱਕੋ ਹੀ ਭਾਸ਼ਾ ਸਮਝਦਾ ਕੰਪਿਊਟਰ ਕੈਨ ਅੰਡਰਸਟੈਂਡ ਓਨਲੀ ਬਾਈਨਰੀ ਲੈਂਗੁਏਜ ਜਾਂ ਬਾਈਨਰੀ ਨੂੰ 0 1 ਵੀ ਬੋਲ ਸਕਦੇ ਆ ਜਾਪਾ ਮਸ਼ੀਨ ਲੈਂਗੁਏਜ ਵੀ ਬੋਲ ਸਕਦੇ ਆ ਹੁਣ ਸਾਡੀ ਇੱਥੇ ਦਿੱਕਤ ਕੀ ਆ ਕਿ ਸਾਨੂੰ ਜਿਹੜੀ ਬਾਈਨਰੀ ਹੈ ਉਹ ਔਖੀ ਲੱਗਦੀ ਹੈ ਇਹ ਤਾਂ ਨਹੀਂ ਹੈਗਾ ਕਿ ਕਿਸੇ ਨੂੰ ਆਉਂਦੀ ਨਹੀਂ ਡਿਵੈਲਪਰ ਨੇ ਜਿਹੜੇ ਜਾਂ ਬਹੁਤ ਬੇਸਿਕ ਹਾਰਡਵੇਅਰ ਲੈਵਲ ਤੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਭਾਸ਼ਾ ਆਉਂਦੀ ਹੈ ਪਰ ਸਾਰੇ ਬੰਦਿਆਂ ਨੂੰ ਇਹ ਆਉਣੀ ਔਖੀ ਆ ਥੋੜੀ ਜੀ ਹਨਾ ਕਿਉਂਕਿ 0 1 ਚ ਸਾਨੂੰ ਪਤਾ ਹੀ ਨਹੀਂ ਲੱਗਦਾ ਸਪੋਜ਼ ਕਰੋ ਮੈਂ ਲਿਖਦੇ ਆ 1 0 0 1 ਇਹ ਕਿੰਨਾ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਦਾਂ ਤਾਂ ਅਸੀਂ ਕਹਿ ਸਕਦੇ ਆ ਕਿ 1001 ਹੈ ਪਰ 1 2 4 8 ਵਾਲੇ ਮੈਥਡ ਨਾ ਕਰਾਂਗੇ ਤਾਂ 8 ਤੇ 1 9 ਦੇਸੀ ਮਲ ਦੇ ਵਿੱਚ ਇਹ ਨੋਮ ਵੈਲਿਊ ਹੈ ਬਾਈਨਰੀ ਦੇ ਵਿੱਚ ਆਪਾਂ ਇਸ ਤਰ੍ਹਾਂ ਲਿਖਦੇ ਆ ਤਾਂ ਇਹਦੇ ਲਈ ਵੀ ਸਪੈਸੀਫਿਕ ਸਾਨੂੰ ਕੋਡਿੰਗ ਆਉਣੀ ਚਾਹੀਦੀ ਹੈ ਕਿ ਇਹਨੂੰ ਡੀਕੋਡ ਕਿਵੇਂ ਕਰਨਾ ਹੈ ਹਨਾ ਤਾਂ ਫਿਰ ਇੱਥੇ ਬੜੀ ਵੱਡੀ ਪ੍ਰੋਬਲਮ ਆ ਜਾਂਦੀ ਹੈ ਤਾਂ ਕੀ ਕਰਦੇ ਆ ਆਪਾਂ ਹਾਈ ਲੈਵਲ ਲੈਂਗੁਏਜ ਦੇ ਵਿੱਚ ਪ੍ਰੋਗਰਾਮ ਲਿਖਦੇ ਆ ਕੰਪਿਊਟਰ ਨੂੰ ਲੋ ਲੈਵਲ ਸਮਝ ਆਉਂਦੀ ਹੈ ਤਾਂ ਰਸਤੇ ਦੇ ਵਿੱਚ ਆਪਾਂ ਇੱਕ ਟਰਾਂਸਲੇਟਰ ਲਾ ਲਾਂਗੇ ਜਿਹੜਾ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ ਟਰਾਂਸਲੇਟ ਕਰ ਦੂਗਾ ਤਾਂ ਹਾਈ ਲੈਵਲ ਦਾ ਜਿਹੜਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਆਪਾਂ ਸੋਰਸ ਕੋਡ ਬੋਲ ਦਿੰਦੇ ਆ ਤਾਂ ਕੋਈ ਵੀ ਸੌਫਟਵੇਅਰ ਹੈ ਜਿਹੜਾ ਉਹ ਸੋਰਸ ਕੋਡ ਉਹਦਾ ਹੁੰਦਾ ਕਿ ਜਿਹੜੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਹੈ ਨਾ ਕੋਈ ਸੌਫਟਵੇਅਰ ਹੈ ਜਮ ਜਿਵੇਂ ਆਪਾਂ ਕਹਿ ਲਈਏ ਵਿੰਡੋਸ ਦਾ ਸੌਫਟਵੇਅਰ ਹੈ ਐਂਡਰੋਇਡ ਇੱਕ ਸੌਫਟਵੇਅਰ ਹੈ ਜਿਹੜੀ ਉਹ origianally ਭਾਸ਼ਾ ਦੇ ਵਿੱਚ ਲਿਖਿਆ ਗਿਆ ਉਹ ਉਹਦਾ ਸੋਰਸ ਕੋਡ ਹੋਊਗਾ ਤੇ ਜਦੋਂ ਉਹਨੂੰ ਕੰਪਿਊਟਰ ਦੇ ਵਿੱਚ ਜਾਂ ਫੋਨ ਦੇ ਵਿੱਚ ਚੱਲਣ ਯੋਗ ਬਣਾ ਲੈਨੇ ਆਪਾਂ ਉਸ ਨੂੰ ਆਪਾਂ ਬੋਲਦੇ ਨੇ ਆਬਜੈਕਟ ਕੋਡ ਐਗਜ਼ੀਕਿਊਟੇਬਲ ਕੋਡ ਜਾਂ ਮਸ਼ੀਨ ਕੋਡ ਠੀਕ ਹੈ ਤਾਂ ਜਿਹੜੀਆਂ ਕੰਪਨੀਆਂ ਸੌਫਟਵੇਅਰ ਬਣਾਉਂਦੀਆਂ ਨੇ ਉਹ ਜ਼ਰੂਰੀ ਨਹੀਂ ਸਾਨੂੰ ਸੋਰਸ ਕੋਡ ਦੇਣ ਤੇ ਇਕੱਲੇ ਐਗਜ਼ੀਕਿਊਟੇਬਲ ਕੋਡ ਦੇ ਨਾਲ ਵੀ ਕੰਮ ਚੱਲ ਸਕਦਾ ਠੀਕ ਹੈ ਜਿਵੇਂ ਇਹ ਇੰਟਰਮੀਡੀਏਟ ਫਾਈਲ ਹੈ ਆਬਜੈਕਟ ਕੋਡ ਹੈ ਤਾਂ ਇਸ ਤੋਂ ਬਾਅਦ ਲਿੰਕਿੰਗ ਉਹ ਚਲੋ ਲੋਡਨੀ ਆਪਾਂ ਨੂੰ ਤਾਂ ਐਂਡ ਦੇ ਵਿੱਚ ਜਾ ਕੇ ਇਹ .exe ਬਣ ਜਾਂਦੀ ਹੈ ਜਾਂ .apk ਐਂਡਰੋਇਡ ਪੈਕੇਜ ਫਾਈਲ ਹੈ ਹਨਾ ਐਂਡਰੋਇਡ ਦੇ ਵਿੱਚ ਇਹ ਵਾਲੀ ਚੱਲੂਗੀ iOS ਦੀ ਆਪਣੀ ਐਕਸਟੈਂਸ਼ਨ ਹੈ ਐਕਸਟੈਂਸ਼ਨਾਂ ਹੁੰਦੀਆਂ ਨੇ ਜਿਵੇਂ ਵਿੰਡੋ ਦੇ ਵਿੱਚ .exe ਫਾਈਲ ਚੱਲੂਗੀ ਠੀਕ ਹੈ ਕਲੀਅਰ ਹੋਈ ਗੱਲ ਤਾਂ ਜ਼ਰੂਰੀ ਨਹੀਂ ਹੈਗਾ ਸੌਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਸਾਨੂੰ ਸੋਰਸ ਕੋਡ ਦੇਣੀਆਂ ਜਾ ਨਾ ਦੇਣ ਨੂੰ ਅੱਗੇ ਆਪਾਂ ਗੱਲ ਕਰਾਂਗੇ 250 ਸੌਫਟਵੇਅਰ ਦੇ ਵਿੱਚ ਵੀ ਜੇਕਰ ਉਹ ਸੋਰਸ ਕੋਡ ਦਿੰਦੇ ਨੇ ਤਾਂ ਕੀ ਹੁੰਦਾ ਜੇ ਨਹੀਂ ਦਿੰਦੇ ਤਾਂ ਕੀ ਹੁੰਦਾ ਤਾਂ ਕੰਮ ਕੱਲੇ ਇਸ ਦੇ ਨਾਲ ਵੀ ਚੱਲ ਸਕਦਾ ਠੀਕ ਆ ਤਾਂ ਹੁਣ ਟਰਾਂਸਲੇਟਰ ਦਾ ਕੀ ਕੰਮ ਹੈ ਟਰਾਂਸਲੇਟਰ ਤਿੰਨ ਤਰ੍ਹਾਂ ਦੇ ਹੁੰਦੇ ਨੇ ਬੇਸਿਕਲੀ ਇਹ ਕੀ ਕਰਦਾ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦਾ ਤਾਂ ਤਿੰਨ ਤਰ੍ਹਾਂ ਦੇ ਬੇਸਿਕ ਟਰਾਂਸਲੇਟਰ ਹੁੰਦੇ ਨੇ ਕੰਪਾਈਲਰ ਇੰਟਰਪ੍ਰੀਟਰ ਤੇ ਅਸੈਂਬਲਰ ਤਾਂ ਜਿਹੜੇ ਪਹਿਲੇ ਦੋ ਨੇ ਕੰਪਾਈਲਰ ਤੇ ਇੰਟਰਪ੍ਰੀਟਰ ਇਹਨਾਂ ਦਾ ਬੇਸਿਕਲੀ ਕੰਮ ਹੈਗਾ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਤੇ ਜਿਹੜਾ ਅਸੈਂਬਲਰ ਹੈ ਇਹ ਕੀ ਕਰਦਾ ਇਹ ਅਸੈਂਬਲੀ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਮੈਂ ਅੱਗੇ ਦੱਸੂਗਾ ਡਿਟੇਲ ਚ ਆਪਾਂ ਗੱਲਬਾਤ ਕਰਾਂਗੇ ਵੀ ਕੰਪਾਈਲਰ ਕੀ ਹੁੰਦਾ ਇੰਟਰਪ੍ਰੀਟਰ ਦੋਨਾਂ ਚ ਕੀ ਫਰਕ ਹੈ ਅਸੈਂਬਲਰ ਕੀ ਹੁੰਦਾ ਅਸੈਂਬਲੀ ਲੈਂਗੁਏਜ ਕੀ ਹੁੰਦੀ ਹੈ ਹਨਾ ਸਟੈਪ ਬਾਈ ਸਟੈਪ ਆਪਾਂ ਚੱਲਦੇ ਹਾਂ ਫਿਲਾਲ ਇੱਥੇ ਇੰਨੀ ਗੱਲ ਹੀ ਸਮਝ ਲਓ ਕਿ ਹਾਈ ਲੈਵਲ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦੇ ਆ ਜਿਹੜੇ ਉਹ ਕੰਪਾਈਲਰ ਤੇ ਇੰਟਰਪ੍ਰੀਟਰ ਜਿਹੜੇ ਅਸੈਂਬਲੀ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦੇ ਉਹ ਅਸੈਂਬਲਰ ਠੀਕ ਆ ਤਾਂ ਇਹ ਕਦੇ ਵੀ ਲੋ ਨੂੰ ਹਾਈਜ ਕਰਨ ਦੀ ਲੋੜ ਨਹੀਂ ਪੈਂਦੀ ਕਿਉਂ ਨਹੀਂ ਪੈਂਦੀ ਕਿਉਂਕਿ ਸਾਡੇ ਕੋਲ ਇੱਕ ਕੈਰੈਕਟਰ ਐਨਕੋਡਿੰਗ ਟੈਕਨੀਕ ਹੁੰਦੀ ਆ ਜਿਵੇਂ ਸਕਾਈ ਈਬੀਸੀਡੀਆਈਸੀ ਯੂਨੀਕੋਡ ਤੁਸੀਂ ਸ਼ਾਇਦ ਸੁਣਿਆ ਹੋਣਾ ਉਹ ਟੈਕਨੀਕ ਕੀ ਕਰਦੀਆਂ ਨੇ ਉਹਨੂੰ ਨੰਬਰਿੰਗ ਲਗਾ ਕੇ ਆਪਾਂ ਕੈਰੈਕਟਰਸ ਨੂੰ ਉਹਦੇ ਨਾਲ ਮੈਪਿੰਗ ਕੀਤੀ ਹੁੰਦੀ ਹੈ ਤਾਂ ਹਾਈ ਨੂੰ ਲੋ ਚ ਕਰਨ ਦੀ ਲੋੜ ਪੈਂਦੀ ਹੈ ਲੋ ਨੂੰ ਹਾਈ ਚ ਕਦੇ ਲੋੜ ਨਹੀਂ ਪੈਂਦੀ ਕਿਉਂਕਿ ਕੰਪਿਊਟਰ ਦੀ ਸਕਰੀਨ ਤੇ ਆਉਟਪੁੱਟ ਉਹ ਮੇਂ ਹੀ ਡਿਸਪਲੇ ਕਰਾ ਦਿੱਤੀ ਜਾਂਦੀ ਹੈ ਮੈਪਿੰਗ ਦੇ ਨਾਲ ਕੈਰੈਕਟਰ ਐਨਕੋਡਿੰਗ ਟੈਕਨੀਕ ਦਿਨਾਂ ਠੀਕ ਹੈ ਚਲੋ ਆਪਾਂ ਨੂੰ ਸਿਲੇਬਸ 'ਚ ਹੈ ਨਹੀਂ ਤਾਂ ਮੈਂ ਡਿਟੇਲ 'ਚ ਨਹੀਂ ਜਾ ਰਿਹਾ ਦੂਜੀ ਸੀ ਨੈਟ ਦੇ ਵਿੱਚ ਉਹ ਡਿਟੇਲ ਦੇ ਵਿੱਚ ਹੁੰਦੀ ਹੈ ਐਨਕੋਡਿੰਗ ਕੀ ਹੁੰਦੀ ਹੈ ਸਕਾਈ ABC DI IC ਤੇ ਯੂਨੀਕੋਡ ਉੱਥੇ ਮੈਂ ਡਿਟੇਲ 'ਚ ਕਰਾਉਣਾ ਠੀਕ ਹੈ ਤਾਂ ਹੁਣ ਇਹ ਹੋ ਗਿਆ ਟਰਾਂਸਲੇਟਰ ਤਾਂ ਨੈਕਸਟ ਆਪਾਂ ਦੇਖਦੇ ਆ ਸੌਫਟਵੇਅਰ ਆਪਾਂ ਨੂੰ ਪਤਾ ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ ਓਪਨ ਸੋਰਸ ਸੌਫਟਵੇਅਰ ਤੇ ক্লোਜ਼ ਸੋਰਸ ਸੌਫਟਵੇਅਰ ਤਾਂ ਇਹ ਮੈਂ ਤੁਹਾਨੂੰ ਜਿਹੜਾ ਸੀਗਾ ਆਪਾਂ ਉੱਥੇ ਡਿਸਕਸ ਕੀਤਾ ਹੋਇਆ ਸੀਗਾ ਸੈਕੰਡ ਚੈਪਟਰ ਦੇ ਵਿੱਚ ਵੀ ਸਿਸਟਮ ਸੌਫਟਵੇਅਰ ਕੀ ਹੁੰਦੇ ਨੇ ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦੇ ਨੇ ਆਪਾਂ ਸੈਕੰਡ ਚੈਪਟਰ ਦੇ ਵਿੱਚ ਗੱਲ ਕਰ ਚੁੱਕੇ ਹਾਂ ਨਾ ਸੋ ਇੱਥੇ ਆਪਾਂ ਵੱਖਰੇ ਐਂਗਲ ਤੋਂ ਸੌਫਟਵੇਅਰ ਨੂੰ ਡਿਵਾਈਡ ਕੀਤਾ ਕਿ ਸੌਫਟਵੇਅਰ ਇਟ ਕੈਨ ਬੀ ਓਪਨ ਸੋਰਸ অর ਇਟ ਕੈਨ ਬੀ ক্লোਜ਼ ਸੋਰਸ ਤੇ ਹੁਣ ਹੀ ਆਪਾਂ ਦੇਖ ਕੇ ਆਏ ਹਾਂ ਵੀ ਜੇਕਰ ਸੋਰਸ ਕੋਡ ਮਿਲੇ ਕਿਸੇ ਵੀ ਲ ਸੌਫਟਵੇਅਰ ਦਾ ਕੋਈ ਸੌਫਟਵੇਅਰ ਹੈ ਮੰਨ ਲਓ ਆਪਣੇ ਕੋਲੇ ਪਾਵਰਪੁਆਇੰਟ ਦਾ ਸੌਫਟਵੇਅਰ ਹੈ ਜਾਂ ਸਿੱਧਾ ਕਹੇ ਲੋ ਕਿ ਐਮ ਐਸ ਆਫਿਸ ਹੈ ਆਫਿਸ ਦਾ ਜੇਕਰ ਆਪਾਂ ਨੂੰ ਸੋਰਸ ਕੋਡ ਵੀ ਮਿਲ ਜੇ ਤੇ ਆਹ ਕੋਡ ਵੀ ਮਿਲ ਜੇ ਤਾਂ ਉਹਨੂੰ ਆਪਾਂ ਬੋਲ ਦਾਂਗੇ ਓਪਨ ਸੋਰਸ ਜੇਕਰ ਉਹਦਾ ਆਹ ਸੋਰਸ ਕੋਡ ਨਾ ਮਿਲੇ ਤੇ ਕੱਲਾ ਹੀ ਆਹ ਵਾਲਾ ਐਗਜ਼ੀਕਿਊਟੇਬਲ ਫਾਈਲ ਮਿਲ ਜੇ ਫਿਰ ਆਪਾਂ ਉਹਨੂੰ ਬੋਲਦੇ ਆਂ ਕਲੋਜ਼ਡ ਸੋਰਸ ਠੀਕ ਹੈ ਕਲੀਅਰ ਹੋ ਗਈ ਗੱਲ ਤਾਂ ਆਈ ਥਿੰਕ ਤੁਹਾਨੂੰ ਇਹ ਸਮਝ ਆ ਗਈ ਹੋਣੀ ਹੈ ਜਿਹੜੇ ਸੌਫਟਵੇਅਰ ਦਾ ਜਿਹੜੀ ਭਾਸ਼ਾ ਦੇ ਵਿੱਚ ਉਹ ਲਿਖਿਆ ਹੋਇਆ ਉਹ ਵੀ ਮਿਲ ਜੇ ਤਾਂ ਉਹਨੂੰ ਆਪਾਂ ਬੋਲ ਦਿੰਦੇ ਆਂ ਉਹਨੀਆਂ ਓਪਨ ਸੋਰਸ ਜਿਵੇਂ ਲੇਮਨ ਐਗਜ਼ਾਮਪਲ ਆਪਾਂ ਲੈ ਲੈਨੇ ਆ ਕਿਸੇ ਆਪਾਂ ਰੈਸਟੋਰੈਂਟ ਤੇ ਖਾਣਾ ਖਾਣ ਜਾਣੇ ਹਨਾ ਤੇ ਉਹ ਖਾਣਾ ਵੀ ਦੇ ਦੇਣ ਸਾਨੂੰ ਪਲੱਸ ਸਾਨੂੰ ਉਹ ਰੈਸਪੀ ਵੀ ਦੇ ਦੇਣ ਵੀ ਇਹ ਖਾਣਾ ਬਣੂਗਾ ਕਿਵੇਂ ਤਾਂ ਉਹਨੂੰ ਬੋਲਦਾਂਗੇ ਓਪਨ ਰੈਸਪੀ ਤਾਂ ਇੱਥੇ ਆਪਾਂ ਸੌਫਟਵੇਅਰ ਬਣਾ ਰਹੇ ਹਾਂ ਕੰਪਿਊਟਰ ਦੇ ਵਿੱਚ ਤਾਂ ਸੌਫਟਵੇਅਰ ਬਣਿਆ ਕਿਵੇਂ ਕਿਹੜੀ ਭਾਸ਼ਾ ਦੇ ਵਿੱਚ ਉਹ ਵੀ ਮਿਲ ਗਿਆ ਤੇ ਸੌਫਟਵੇਅਰ ਬਣ ਕੇ ਕੀ ਕਰਦਾ ਐਗਜ਼ੀਕਿਊਟੇਬਲ ਫਾਈਲ ਉਹ ਵੀ ਮਿਲ ਗਿਆ ਤਾਂ ਉਹਨੂੰ ਬੋਲਦੇ ਨੇ ਓਪਨ ਸੋਰਸ ਤਾਂ ਵਿੰਡੋ ਦਾ ਕੋਈ ਵੀ ਪ੍ਰੋਡਕਟ ਓਪਨ ਸੋਰਸ ਨਹੀਂ ਹੈ ਜਿਹੜੀ ਮਾਈਕਰੋਸਾਫਟ ਵਿੰਡੋ ਹੈ ਇਹ ক্লোਜ਼ ਸੋਰਸ ਹੈ ਤਾਂ ਹੋਰ ਬਹੁਤ ਸਾਰੇ ਓਪਨ ਸੋਰਸ ਸੌਫਟਵੇਅਰ ਨੇ ਜਿਵੇਂ ਲਾਈਨਿਕਸ ਆਪਣੇ ਕੋਲੇ ਓਪਨ ਸੋਰਸ ਹੈ ਤਾਂ ਓਪਨ ਸੋਰਸ ਨਾਲ ਬੈਨੀਫਿਟ ਇਹ ਹੁੰਦਾ ਹੈ ਕਿ ਇਹਦਾ ਲਾਇਸੈਂਸ ਹੁੰਦਾ ਹੈ ਜਿਹੜਾ ਇਹਨੂੰ ਕੋਈ ਵੀ ਯੂਜ਼ ਕਰ ਸਕਦਾ ਹੈ ਕੋਈ ਵੀ ਆਪਣੇ ਹਿਸਾਬ ਦੇ ਨਾਲ ਚੇਂਜ ਕਰਕੇ ਅਪਡੇਟਸ ਭੇਜ ਸਕਦਾ ਤਾਂ ਇਹ ਜਿਵੇਂ ਐਂਡਰੋਇਡ ਹੈ ਐਂਡਰੋਇਡ ਵੀ ਮੋਬਾਈਲ ኦਪਰੇਟਿੰਗ ਸਿਸਟਮ ਹੈ ਹਨਾ ਇਹ ਕੀ ਓਪਨ ਸੋਰਸ ਹੈ ਐਂਡਰੋਇਡ ਦੇ ਵਿੱਚ ਕੋਈ ਵੀ ਆਪਾਂ ਵੀ ਐਂਡਰੋਇਡ ਦੇ ਵਿੱਚ ਚੇਂजेस ਕਰਕੇ ਸਬਮਿਟ ਕਰ ਸਕਦੇ ਆ ਤੇ ਗੂਗਲ ਹੀ ਹੈਂਡਲ ਕਰਦਾ ਹੈ ਐਂਡਰੋਇਡ ਨੂੰ ਤਾਂ ਗੂਗਲ ਵਾਲੇ ਉਹ ਚੇਂजेस ਨੂੰ ਜੇਕਰ ਉਹਨਾਂ ਨੂੰ ਠੀਕ ਲੱਗਦੀਆਂ ਨੇ ਤੋਂ ਸਾਰਿਆਂ ਨੂੰ ਅਪਡੇਟ ਭੇਜ ਦਿੰਦੇ ਨੇ ਤਾਂ ਕਰਕੇ ਜਿਹੜਾ ਓਪਨ ਸੋਰਸ ਹੁੰਦਾ ਉਹਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਕਿਉਂ ਕਿ ਕਿ ਕਮਿਊਨਿਟੀ ਡਿਵੈਲਪ ਕਰ ਰਹੀ ਹੈ ਸਾਰੇ ਲੋਕ ਡਿਵੈਲਪ ਕਰ ਰਹੇ ਨੇ ਤਾਂ ਐਂਡਰੋਇਡ ਦੇ ਵਿੱਚ ਅਪਡੇਟਸ ਤਾਂ ਹੀ ਆਉਂਦੀਆਂ ਨੇ ਡੇਲੀ ਬੇਸਿਸ ਤੇ ਅਪਡੇਟਸ ਨੇ ਵੀਕਲੀ ਨੇ ਮੰਥਲੀ ਇਅਰਲੀ ਤੁਸੀਂ ਆਪਣੇ ਹਿਸਾਬ ਨਾਲ ਸਿਲੈਕਟ ਕਰ ਸਕਦੇ ਹੋ ਠੀਕ ਹੈ ਤਾਂ ক্লোਜ਼ ਸੋਰਸ ਤੇ ਓਪਨ ਸੋਰਸ ਆਈ ਥਿੰਕ ਤੁਹਾਨੂੰ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਇਹ ਓਪਨ ਸੋਰਸ ਦੇ ਵਿੱਚ ਉਹੀ ਲਿਖਿਆ ਮੈਂ ਵੀ ਡਿਸਟ੍ਰਿਬਿਊਟ ਕਰ ਸਕਦੇ ਹਾਂ ਰਾਈਟ ਟੂ ਸਟੱਡੀ ਚੇਂਜ ਕਰ ਸਕਦੇ ਹੋ ਐਂਡ ਡਿਸਟ੍ਰੀਬਿਊਟ ਦੀ ਸੌਫਟਵੇਅਰ ਟੂ ਐਨੀ ਵਨ ਫਾਰ ਐਨੀ ਪਰਪਸਸ ਠੀਕ ਹੈ ਬਸ ਇਹਦੇ ਵਿੱਚ ਇਹ ਹੈ ਵੀ ਤੁਸੀਂ ਪੇ ਮਤਲਬ ਕਿ ਉਹਨੂੰ ਪੇਡ ਨਹੀਂ ਰੱਖ ਸਕਦੇ ਤੁਸੀਂ ਜੇ ਤੁਹਾਨੂੰ ਫ੍ਰੀ ਮਿਲਿਆ ਤਾਂ ਤੁਹਾਨੂੰ ਵੀ ਅੱਗੇ ਵੀ ਫ੍ਰੀ ਦੇਣਾ ਪਊਗਾ ਠੀਕ ਹੈ ਜੀ ਤਾਂ ਕਿਹੜੇ ਕਿਹੜੇ ਸੌਫਟਵੇਅਰ ਓਪਨ ਸੋਰਸ ਨੇ ਜਿਵੇਂ ਅਪਾਚ ਐਚਟੀਟੀਪ ਤੇ ਮੂਡਲ ਹੋ ਗਿਆ ਓਪਨ ਆਫਿਸ ਹੋ ਗਿਆ ਲਿਬਰੇ ਆਫਿਸ Thundervord ਈਮੇਲ ਕਲਾਈਂਟ ਪੀ ਐਚ ਪੀ ਇਹਨਾਂ ਵਿੱਚੋਂ ਇੰਪੋਰਟੈਂਟ ਦੱਸ ਦਿੰਨਾ ਇੱਕ ਆ ਯਾਦ ਰੱਖ ਲਿਓ ਓਪਨ ਆਫਿਸ ਗਿੰਪ ਯਾਦ ਰੱਖ ਲਿਓ ਓਪਨ ਆਫਿਸ ਲਿਬਰੀ ਆਫਿਸ ਤੇ ਅਪਾਚੇ ਐਚਟੀਟੀਪੀ ਵੈਬ ਸਰਵਰ ਪੀ ਐਚ ਪੀ ਹਾਈਪਰ ਟੈਕਸਟ ਪ੍ਰੀਪ੍ਰੋਸੈਸਰ ਜਿਹਨੂੰ ਆਪਾਂ ਲੈਂਗੁਏਜ ਬੋਲਦੇ ਹਾਂ ਨਾ ਸੋ ਇਹ ਸਾਰੇ ਕੀ ਨੇ ਓਪਨ ਸੋਰਸ ਨੇ ਤੇ ਕੁਝ ਜਿਵੇਂ ਆਪਾਂ ኦਪਰੇਟਿੰਗ ਸਿਸਟਮ ਦੀ ਗੱਲ ਕਰੀਏ ਲਿਨਕਸ ਓਪਨ ਸੋਲਰਿਸ 12K 12 ਡੇਬੀਅਨ ਫਿਡੋਰਾ ਫਰੀ ਡੋਸ ਐਂਡਰੋਇਡ ਆ ਮੋਬਾਈਲ ኦਪਰੇਟਿੰਗ ਸਿਸਟਮ ਹੈ ਇਹ ਆਪਾਂ ਓ ਐਸ ਵਾਲੇ ਚੈਪਟਰ ਦੇ ਵਿੱਚ ਸਾਰੇ ኦਪਰੇਟਿੰਗ ਸਿਸਟਮ ਕੀਤੇ ਹੋਏ ਨੇ ਮੈਨੂੰ ਲੱਗਦਾ ਸ਼ਾਇਦ ਚੌਥਾ ਚੈਪਟਰ ਹੈ ਤੀਜਾ CPU ਦਾ ਚੌਥਾ ኦਪਰੇਟਿੰਗ ਸਿਸਟਮ ਦਾ ਟਾਪਿਕ ਹੈ ਉਥੇ ਆਪਾਂ ਇਹ ਸਾਰੇ ਸੌਫਟਵੇਅਰ ਦੇਖੇ ਨੇ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਜਾ ਕੇ ਦੇਖ ਸਕਦੇ ਹੋ ਤਾਂ ਇਹ ਵਾਲੇ ኦਪਰੇਟਿੰਗ ਸਿਸਟਮ ਨੇ ਜਿਹੜੇ ਓਪਨ ਸੋਰਸ ਨੇ ਵਿੰਡੋ ਓਪਨ ਸੋਰਸ ਨਹੀਂ ਹੈਗਾ ਠੀਕ ਹੈ ਯਾਦ ਰੱਖਣੀ ਹੈ ਗੱਲ ਇਹ ਯੂਨਿਕਸ ਵੀ ਆਪਣੇ ਕੋਲੇ ਓਪਰੇਟ ਓਪਨ ਸੋਰਸ ਨਹੀਂ ਹੈਗਾ ਤਾਂ ਐਂਡਰੋਇਡ ਹੈ ਜਿਹੜਾ ਇਹ ਮੋਬਾਈਲ ኦਪਰੇਟਿੰਗ ਸਿਸਟਮ ਹੈ ਓਪਨ ਸੋਰਸ ਹੈ ਤੇ ਜਿਵੇਂ Apple ਦਾ iOS ਹੈ ਉਹ ਵੀ ਓਪਨ ਸੋਰਸ ਨਹੀਂ ਹੈਗਾ ਠੀਕ ਹੈ ਸੋ ਓਪਨ ਸੋਰਸ ਬ੍ਰਾਊਜ਼ਰ ਨੇ ਜਿਵੇਂ Google Chrome, Mozilla Firefox, Opera, Chromium, MDouri, Dolphin, Swiftfox, Kopzilla ਤੇ Web ਇਹ ਸਾਰੇ ਕੀ ਨੇ ਬ੍ਰਾਊਜ਼ਰ ਨੇ ਬ੍ਰਾਊਜ਼ਰ ਕੀ ਹੁੰਦੇ ਨੇ ਇਹ ਵੀ ਮੈਂ ਪਤਾ ਨਹੀਂ 7ਵੇਂ 8ਵੇਂ ਚੈਪਟਰ 6ਵੇਂ 7ਵੇਂ ਚੈਪਟਰ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਬ੍ਰਾਊਜ਼ਰਸ ਕੀ ਹੁੰਦੇ ਨੇ ਠੀਕ ਹੈ ਤਾਂ ਜਿਵੇਂ ਇੰਟਰਨੈਟ ਐਕਸਪਲੋਰਰ ਹੈ ਤੇ Microsoft Edge ਇਹ ਦੋ ਨੇ ਜਿਹੜੇ ਹਨਾ ਇਹ ਵੀ ਆਪਣੇ ਓਪਨ 소ਰਸ ਨਹੀਂ ਹੈਗੇ ਨਾਟ ਓਪਨ 소ਰਸ ਕਿਉਂ ਨਹੀਂ ਹੈਗੇ ਕਿਉਂਕਿ ਇਹ ਮਾਈਕਰੋਸਾਫਟ ਦੇ ਵਿੰਡੋ ਦੇ ਵਿੱਚ ਡਿਫਾਲਟ ਹੁੰਦੇ ਨੇ ਤਾਂ ਆਪਾਂ ਤੁਹਾਨੂੰ ਦੱਸਿਆ ਵੀ ਮਾਈਕਰੋਸਾਫਟ ਦਾ ਕੋਈ ਵੀ ਪ੍ਰੋਡਕਟ ਓਪਨ 소ਰਸ ਨਹੀਂ ਹੈ ਫਿਰ ਤੁਹਾਡੇ ਦਿਮਾਗ 'ਚ ਇਹ ਤਾਂ ਆ ਸਕਦਾ ਵੀ ਜੀ DOS ਤਾਂ MS DOS ਮਾਈਕਰੋਸਾਫਟ ਦਾ ਫ੍ਰੀ DOS ਤਾਂ ਇਹ 1981 ਦੇ ਵਿੱਚ ਬਣਿਆ ਸੀ DOS 2001 ਦੇ ਵਿੱਚ ਆ ਕੇ ਇਹਨਾਂ ਨੇ ਇਹਨੂੰ ਫ੍ਰੀ ਕਰਤਾ ਸੀ ਫ੍ਰੀ DOS ਇਹ ਤੁਸੀਂ ਚੱਕ ਸਕਦੇ ਹੋ ਇਹ ਓਪਨ 소ਰਸ ਹੈ ਅੱਜਕੱਲ੍ਹ ਤੇ ਇੰਨਾ ਜ਼ਿਆਦਾ ਯੂਜ਼ ਹੁੰਦਾ ਨਹੀਂ ਠੀਕ ਹੈ ਗੱਲ ਕਲੀਅਰ ਹੋਈ ਫਿਰ ਜਿਹੜੇ ক্লোਜ਼ ਸੋਰਸ ਸੌਫਟਵੇਅਰ ਦੀ ਆਪਾਂ ਗੱਲ ਕੀਤੀ ਹੈ ਇਹਨਾਂ ਨੂੰ ਆਪਾਂ ਪ੍ਰੋਪਰਟਰੀ ਸੌਫਟਵੇਅਰ ਵੀ ਕਹਿੰਦੇ ਆ ਤੇ ਜਿਹਦਾ ਲਾਇਸੈਂਸ ਹੁੰਦਾ ਪ੍ਰੋਪਰ ਕਿਸੇ ਕੋਲੇ ਕੋਈ ਉਹਦਾ ਪ੍ਰੋਪਰ ਓਨਰ ਹੁੰਦਾ ਇਹਨਾਂ ਨੂੰ ক্লোਜ਼ ਸੋਰਸ ਜਿਵੇਂ ਮਾਈਕਰੋਸਾਫਟ ਵਿੰਡੋਜ਼ ਇਹਦੀਆਂ ਐਗਜ਼ਾਮਪਲਸ ਨੇ ਡੋ ਫਲੈਸ਼ ਪਲੇਅਰ ਆਈਟਿਊਨ ਗੂਗਲ ਅਰਥ ਸਕਾਈਪ ਬਿਨਰਾਰ ਮੈਕ ਓ ਐਸ ਹਨਾ ਤੇ ਇਹ ਸਾਰੇ ਕੀ ਨੇ ক্লোਜ਼ ਸੋਰਸ ਨੇ ਯਾਨੀ ਕਿ ਓਪਨ ਸੋਰਸ ਨਹੀਂ ਹੈਗੇ ਤੇ ਇਹ ਆਪਾਂ ਗੱਲ ਯਾਦ ਰੱਖਣੀ ਹੈ ਠੀਕ ਹੈ ਸੋ ਆਪਾਂ ਸਟਾਰਟ ਕਰਦੇ ਆਂ ਕੁਐਸਚਨ ਸਟਾਰਟ ਕਰਦੇ ਆਂ ਜਿਵੇਂ ਪਹਿਲਾ ਕੁਐਸਚਨ ਹੈਗਾ ਹੂ ਇਜ਼ ਕਨਸੀਡਰਡ ਐਸ ਦੀ ਫਾਦਰ ਆਫ ਮਾਰਕਅਪ ਲੈਂਗੁਏਜ ਤੇ ਮਾਰਕਅਪ ਲੈਂਗੁਏਜ ਦਾ ਫਾਦਰ ਕੌਣ ਹੈ ਤੇ ਲਈ ਆਪਾਂ ਨੂੰ ਪੜ੍ਹਨਾ ਪੈਣਾ ਕਿ ਫਾਦਰ ਆਫ ਮਾਰਕਅਪ ਲੈਂਗੁਏਜ ਹੈਗਾ ਚਾਰਲਸ ਐਫ ਗੋਲਡਫੈਰੂ ਜਿਸ ਇਨ ਨੋਨ ਐਸ ਦੀ ਫਾਦਰ ਆਫ ਐਸਜੀਐਮਐਲ ਤਾਂ ਐਸਜੀਐਮਐਲ ਦਾ ਫਾਦਰ ਹੈ ਇਹਨੂੰ ਮਾਰਕਅਪ ਲੈਂਗੁਏਜ ਦਾ ਫਾਦਰ ਵੀ ਕਿਉਂ ਕਿਹਾ ਜਾਂਦਾ ਕਿਉਂਕਿ ਐਸਜੀਐਮਐਲ ਹੈ ਜਿਹੜੀ ਪੇਰੈਂਟ ਲੈਂਗੁਏਜ ਹੈ ਐਚਟੀਐਮਐਲ ਦੀ ਠੀਕ ਹੈ ਤਾਂ ਕੋ ਹੀ ਕੋ ਇਨਵੈਂਟਡ ਦੀ ਕਨਸੈਪਟ ਆਫ ਮਾਰਕਅਪ ਲੈਂਗੁਏਜ ਜਿਹੜਾ ਇਹਦੀ ਗੱਲ ਕਰਦੇ ਆਪਾਂ ਗੋਲਡਫਰਬ ਦੀ ਇਹਨੇ ਕਨਸੈਪਟ ਇਨਵੈਂਟ ਕੀਤਾ ਸੀਗਾ ਮਾਰਕਅਪ ਲੈਂਗੁਏਜ ਦੈਟ ਇਜ਼ ਵਾਈ ਇਟ ਇਜ਼ ਨੋਨ ਐਸ ਫਾਦਰ ਆਫ ਮਾਰਕਅਪ ਲੈਂਗੁਏਜ ਤਾਂ ਜੇ ਆਪਾਂ ਬਾਕੀ ਵੀ ਦੇਖਣੇ ਨੇ ਸੀ ਲੈਂਗੁਏਜ 1972 ਦੇ ਵਿੱਚ ਡੈਨਿਸ ਰਿਚੇ ਫਾਦਰ ਹੈ ਐਸ ਡੀ ਐਮ ਐਲ 1986 ਦੇ ਵਿੱਚ ਫਾਦਰ ਹੈਗਾ ਚਾਰਲਸ ਐਫ ਗੋਲਡਫਰਬ ਤੇ ਐਚ ਟ ਐਮ ਐਲ ਬਣੀ ਹੈ 1993 ਦੇ ਵਿੱਚ ਟਿਮ ਵਰਨਰਲੀ ਬਾਕੀ ਦੇ ਵੀ ਯਾਦ ਕਰ ਸਕਦੇ ਹੋ ਜਿਵੇਂ ਜਾਬਾਦਾ ਜੇਮਸ ਗੋਸਲਿੰਗ ਹੈ ਨਾ ਤੇ ਜੇ ਲੋਡ ਮੈਨੂੰ ਲੱਗਦਾ ਬਸ ਇੰਨੀ ਸਫੀਸ਼ੀਐਂਟ ਆ ਪਰ ਜੇ ਪੜ ਵੀ ਲਵੋਗੇ ਜਿਵੇਂ ਸੀ ਪਲਸ ਪਲਸ 85 ਜਬਣੀ 85 ਦੇ ਵਿੱਚ ਹੀ ਵਿੰਡੋ ਬਣੀ ਐ ਡੋਸ 81 ਜਬਣਿਆ ਮੈਂ ਪਿਛਲੀ ਸਲਾਈਡ ਚ ਵੀ ਤੁਹਾਨੂੰ ਦੱਸਿਆ ਡੋਸ 81 ਦੇ ਵਿੱਚ ਵਿੰਡੋ ਹੈ ਜਿਹੜੀ ਉਹ 1985 ਦੇ ਵਿੱਚ ਇਹ ਗੱਲਾਂ ਯਾਦ ਰੱਖਣ ਵਾਲੀਆਂ ਨੇ ਪੁੱਛੀਆਂ ਹੋਈਆਂ ਨੇ ਮੈਂ ਕੁਐਸਚਨ ਵੀ ਕਰਾਏ ਹੋਏ ਨੇ ਐਪਸ ਵਾਲੇ ਕੁਐਸਚਨ ਚੈਪਟਰ ਦੇ ਵਿੱਚ ਆਪਾਂ ਡਿਸਕਸ ਕੀਤੇ ਹੋਏ ਨੇ ਤਾਂ ਪਾਈਥਨ ਦਾ ਵੀ ਯਾਦ ਰੱਖ ਲਿਓ 1991 ਦੇ ਵਿੱਚ ਠੀਕ ਹੈ ਸੋ ਇਹਦੇ ਬੇਸਿਸ ਤੇ ਫਿਰ ਆਪਣਾ ਬੀ ਆਨਸਰ ਬੰਦ ਹੈ ਅਗਲਾ ਕੁਐਸਚਨ ਹੈ ਵਿੱਚ ਉਹਦੀ ਫੋਲੋਇੰਗ ਇਜ਼ ਅ ਪ੍ਰੋਗਰਾਮਿੰਗ ਲੈਂਗੁਏਜ ਟਰਾਂਸਲੇਟਰ ਸੌਫਟਵੇਅਰ ਹੁਣੀ ਪੜਖਿਆ ਹੈ ਨਾ ਪਰ ਟਰਾਂਸਲੇਟਰ ਤਿੰਨ ਤਰ੍ਹਾਂ ਦੇ ਨੇ ਕੰਪਾਈਲਰ ਇੰਟਰਪ੍ਰੀਟਰ ਡੀ ਅਸੈਂਬਲਰ ਇਹਨਾਂ ਦੇ ਵਿੱਚੋਂ ਉਹ ਬਾਕੀ ਦੇ ਹੈ ਨਹੀਂ ਅਸੈਂਬਲਰ ਵੀ ਆਪਸ਼ਨ ਹੈ ਤਾਂ ਬੀ ਆਨਸਰ ਹੈ ਠੀਕ ਹੈ ਤਿੰਨ ਆਪਾਂ ਹੁਣੀ ਪੜੇ ਨੇ ਯਾਦ ਰੱਖਿਓ ਬੀ ਆਪਸ਼ਨ ਹੈ ਅਗਲਾ ਹੈਗਾ ਵਿਚ ਆਫ ðiਜ਼ ਇਜ਼ ਨੋਟ ਅ ਪ੍ਰੋਗਰਾਮਿੰਗ ਲੈਂਗੁਏਜ ਦੇਖੋ ਬਹੁਤ ਰਿਪੀਟ ਹੁੰਦਾ ਕੁਐਸਚਨ ਕਾਮਨ ਕੁਐਸਚਨ ਹੈ ਇਹ ਪੀਐਸ ਪੀਸੀਐਲ ਕਲਰਕ ਦਾ ਕੁਐਸਚਨ ਹੈ ਪਰ ਮੋਸਟਲੀ ਜੇ ਲੈਂਗੁਏਜ ਦੇ ਵਿੱਚ ਕੁਐਸਚਨ ਆ ਵੀ ਰਿਪੀਟ ਹੋ ਜਾਂਦਾ ਕੁਐਸਚਨ ਸਾਰੇ ਪੇਪਰਾਂ ਚ ਪਾਇਆ ਜਾਂਦਾ ਹੈ ਸੀ ਪਲੱਸ ਪਲੱਸ ਜਾਵਾ ਪਾਈਥਨ ਸਨੇਕ ਤਾਂ ਆਨਸਰ ਇਹਦਾ ਸਨੇਕ ਹੈ ਪਾਈਥਨ ਵੈਨੇ ਵੀ ਸੱਪ ਹੁੰਦਾ ਵੱਡਾ ਸਾਰਾ ਹਨਾ ਸਨੇਕ ਵੈਨੇ ਵੀ ਸੱਪ ਹੁੰਦਾ ਬਟ ਪਾਈਥਨ ਲੈਂਗੁਏਜ ਹੈਗੀ ਹੈ ਸਨੇਕ ਹਜੇ ਤੱਕ ਹੈ ਨਹੀਂ ਆਉਣ ਵਾਲੇ ਸਮੇਂ ਚ ਆਜੇ ਤਾਂ ਆਪਾਂ ਕਹਿ ਨਹੀਂ ਸਕਦੇ ਤਾਂ ਕਿਹੜੀਆਂ ਕਿਹੜੀਆਂ ਹਾਈ ਲੈਵਲ ਲੈਂਗੁਏਜ ਨੇ ਆਪਾਂ ਪੜ ਸਕਦੇ ਆ ਜਿਵੇਂ ਸੀ ਲੈਂਗੁਏਜ ਸੀ ਪਲੱਸ ਪਲੱਸ ਕਬੂਲ ਪ੍ਰਲੋਗ ਸੀ ਸ਼ਾਰਪ ਫੋਰਟਰਨ ਪਾਸਕਲ ਕਬੂਲ ਹੁੰਦੀ ਹੈ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ ਨਾਲ ਨਾਲ ਐਬ੍ਰੀਵੀਏਸ਼ਨਾਂ ਲਿਖ ਲਓ ਕਈ ਵਾਰੀ ਪੁੱਛ ਲੈਂਦਾ ਹੁੰਦਾ ਪ੍ਰੋਲੋਗ ਹੈ ਪ੍ਰੋਗਰਾਮਿੰਗ ਲੌਜਿਕ ਜਾਵਾ ਪੀ ਐਚ ਪੀ ਪੀ ਐਚ ਪੀ ਹੈ ਹਾਈਪਰ ਟੈਕਸਟ ਪ੍ਰੀਪ੍ਰੋਸੈਸਿੰਗ ਹਾਈਪਰ ਟੈਕਸਟ ਪ੍ਰੀਪ੍ਰੋਸੈਸਿੰਗ ਇੱਥੇ ਤੋਂ ਸ਼ੁਰੂ ਹੋ ਰਹੀ ਹੈ ਠੀਕ ਹੈ ਫੋਰਟਰਨ ਹੈ ਫਾਰਮੂਲਾ ਟਰਾਂਸਲੇਸ਼ਨ ਤੇ ਬੀ ਬੀ ਵਿਜ਼ੂਅਲ ਬੇਸਿਕ ਪਾਈਥਨ ਪਾਰਲ ਰੱਬੀ ਜਾਵਾ ਸਕ੍ਰਿਪਟ ਐਕਸ ਐਮ ਐਲ ਐਕਸ ਐਮ ਐਲ ਹੁੰਦੀ ਹੈ ਐਕਸਟੈਂਸ਼ੀਬਲ ਮਾਰਕਅਪ ਲੈਂਗੁਏਜ ਬੇਸਿਕ ਹੈ ਬਿਗਨਰਸ 올 ਪਰਪਸ ਸਿੰਬੋਲਿਕ ਇਨਸਟਰਕਸ਼ਨ ਕੋਡ ਬਿਗਨਰਸ 올 ਪਰਪਸ ਸਿੰਬੋਲਿਕ ਇਨਸਟਰਕਸ਼ਨ ਕੋਡ ਕੋਟਲਿਨ ਸਵਿਫਟ ਐਡ ਐਡਾ ਐਬੈਪ ਠੀਕ ਹੈ ਐਬੈਪ ਦੀ ਮੈਨੂੰ ਯਾਦ ਨਹੀਂ ਐਵੇਂ ਜੇ ਕਰਕੇ ਕੁਛ ਹੈ ਸ਼ਾਇਦ ਪੜ ਲੂ ਸੀ ਐਸਪੀ ਐਕਟਿਵ ਸਰਵਰ ਪੇजेस ਐਸਪੀ ਡਾਟ ਨੈਟ ਸੀਐਸਐਸ ਇਹ ਬਹੁਤ ਵਾਰੀ ਪੁੱਛਿਆ ਜਾਂਦਾ ਕਾਸਕੇਡਿੰਗ ਸਟਾਈਲ ਸ਼ੀਟਸ ਐਸਕਯੂਐਲ ਵੀ ਪੁੱਛਿਆ ਜਾਂਦਾ ਸਟ੍ਰਕਚਰਲ ਕੁਰੀ ਲੈਂਗੁਏਜ ਪ੍ਰੋਲੋਗ ਰਿਪੀਟ ਹੋ ਗਿਆ ਪ੍ਰੋਲੋਗ ਸਮਿਲ 스노우볼 ਟੈਕਸ ਲੇਟੈਕਸ ਤੇ ਐਚਟੀਐਮਐਲ ਐਚਟੀਐਮਐਲ ਦਾ ਬਹੁਤ ਬੜੀ ਪੁੱਛਿਆ ਮੈਂ ਬਹੁਤ ਬੜੀ ਕਰਾਇਆ ਵੀ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਸੋ ਇਹਨਾਂ ਦੇ ਵਿੱਚੋਂ ਆਪਾਂ ਪੜ ਚੁੱਕੇ ਹਾਂ ਇਸ ਕੁਐਸਚਨ ਦੇ ਵਿੱਚ ਜਿਹੜਾ ਸਨੇਕ ਇਹ ਲੈਂਗੁਏਜ ਨਹੀਂ ਹੈ ਤਾਂ ਸਾਰੀਆਂ ਪੜ ਲੈਣੀਆਂ ਨੇ ਐਸਾ ਚਰਟਾ ਲਾਉਣ ਦੀ ਲੋੜ ਨਹੀਂ ਐਲੀਮੀਨੇਟ ਕਰਕੇ ਆਪਾਂ ਆਨਸਰ ਦੇਖ ਸਕਦੇ ਹਾਂ ਠੀਕ ਹੈ ਅਗਲਾ ਕੁਐਸਚਨ ਐਚਟੀਐਮਐਲ ਇਸ ਬੇਸਿਕਲੀ ਯੂਜ਼ ਟੂ ਡਿਜ਼ਾਈਨ ਇਹਦੇ ਚ ਇਹ ਪੁੱਛ ਲਿਆ ਵੀ ਐਚਟੀਐਮਐਲ ਲੈਂਗੁਏਜ ਹੈ ਜਿਹੜੀ ਉਹ ਕਦ ਲਈ ਵਰਤੀ ਜਾਂਦੀ ਹੈ ਕੀ ਵੈਬ ਪੇਜ ਡਿਜ਼ਾਈਨ ਕਰਨ ਲਈ ਕਿ ਵੈਬਸਾਈਟ ਕੇ ਗ੍ਰਾਫਿਕ ਤਾਂ ਚੀਜ਼ਾਂ ਤਾਂ ਇਹ ਦੋਨੀਆਂ ਨੇ ਵੈਬ ਪੇਜ ਵੀ ਬਣਾਉਂਦੇ ਨੇ ਤੇ ਵੈਬਸਾਈਟਾਂ ਵੀ ਬਣਦੀਆਂ ਨੇ ਪਰ ਆਪਾਂ ਨੂੰ ਪਤਾ ਹੈ ਵੀ ਆਹ ਵਾਲੀ ਇੱਕ ਵੈਬਸਾਈਟ ਹੈ ਹੈਨਾ ਇਹਦੇ ਵਿੱਚ ਪੇਜ ਬਣੇ ਹੋਏ ਨੇ ਜਿਵੇਂ ਹੋਮ ਪੇਜ ਹੈ ਕੁਝ ਹੋਰ ਨੇ ਅਲੱਗ-ਅਲੱਗ ਪੇਜ ਹੈਨਾ ਤਾਂ ਪੇਜ ਬਹੁਤ ਸਾਰੇ ਪੇਜ ਮਿਲ ਕੇ ਹੀ ਵੈਬਸਾਈਟਾਂ ਬਣਦੀਆਂ ਨੇ ਤਾਂ ਆਪਾਂ ਅਨਸਰ ਇਹਦਾ ਦੇਵਾਂਗੇ ਵੈਬ ਪੇजेस ਤੇ ਜੇ ਵੈਬ ਪੇਜ ਅਨਸਰ ਨਾ ਹੁੰਦਾ ਕੋਈ ਹੋਰ ਹੁੰਦਾ ਫਿਰ ਆਪਾਂ ਵੈਬਸਾਈਟ ਲਾਉਂਦੇ ਤਾਂ ਮੋਰ ਸਪੈਸਿਫਿਕ ਅਨਸਰ ਕਿਹੜਾ ਵੈਬ ਵੈਬ ਪੇਜ ਹੈ ਵੈਬਸਾਈਟ ਨਹੀਂ ਤਾਂ ਕਰਕੇ ਦਾ ਅਨਸਰ ਏ ਆਨਸਰ ਹੈ ਤੇ ਹੋਰ ਕਿਹੜੀਆਂ ਲੈਂਗੁਏਜਸ ਨੇ ਜਿਹੜੀਆਂ ਵੈਬ ਪੇਜ ਡਿਜ਼ਾਈਨ ਲਈ ਵਰਤੀਆਂ ਜਾਂਦੀਆਂ ਨੇ HTML XML SGML PHP C# Perl Ruby Dreamweaver Java JavaScript VB.NET C++ Python ਤੇ CSS ਮੋਸਟਲੀ ਉਹ ਇਹਦੇ ਵਿੱਚੋਂ ਹੀ ਪੁੱਛਦਾ ਤੁਸੀਂ ਸਾਰੀਆਂ ਪੜ੍ਹ ਲਿਓ ਇੱਕ ਵਾਰੀ ਪੁੱਛਿਆ ਜਾ ਸਕਦਾ ਆਪਾਂ ਨੂੰ ਕਲੀਅਰ ਹੈ ਜੀ ਅਗਲਾ ਕੁਐਸ਼ਨ ਵਿੱਚ ਉਹਦੀ ਫਾਲੋਇੰਗ ਇਜ਼ ਨਾਟ ਕੰਪਿਊਟਰ ਲੈਂਗੁਏਜ ਦੇ ਪਹਿਲਾਂ ਵੀ ਆ ਚੁੱਕਾ ਥੋਨੂੰ ਮੈਂ ਕਿਹਾ ਸੀ ਕਾਮਨ ਕੁਐਸ਼ਨ ਹੈ ਪਾਸਕਲ ਵੀ ਲੈਂਗੁਏਜ ਦਾ ਫੌਟਰਨ ਵੀ ਹੈ ਕਬੋਲ ਵੀ ਹੈ ਯੂਨਿਕ ਇੱਕ ኦਪਰੇਟਿੰਗ ਸਿਸਟਮ ਆ ਤਾਂ ਕਰਕੇ ਬੀ ਆਨਸਰ ਹੈ ਅਗਲਾ ਕੁਐਸ਼ਨ ਇਹ ਕੰਪਾਈਲਰ ਇਜ਼ ਯੂਜ਼ ਟੂ ਕਨਵਰਟ ਦੀ ਫਾਲੋਇੰਗ ਟੂ ਆਬਜੈਕਟ ਕੋਡ ਵਿੱਚ ਕੈਨ ਬੀ ਐਗਜ਼ੀਕਿਊਟਡ ਦੇਖੋ ਬਹੁਤ ਵਧੀਆ ਕੁਐਸ਼ਨ ਹੈ ਧਿਆਨ ਨਾਲ ਪੜੋ ਨਹੀਂ ਤਾਂ ਅਸੀਂ ਰੋਂਗ ਕਰਾਂਗੇ ਜੇ ਧਿਆਨ ਨਹੀਂ ਪੜਾਂਗੇ ਅੱਧਾ ਕੁਐਸ਼ਨ ਪੜ੍ਹਨਾ ਹੈ ਇਹ ਕਹਿੰਦਾ ਕੰਪਾਈਲਰ ਇਜ਼ ਯੂਜ਼ਡ ਕੰਪਾਈਲਰ ਕੰਪਾਈਲਰ ਵਰਤ टू कन्वर्ट द फॉलोइंग हेठ लिखे नु कन्वर्ट ਕਰਨ ਦੇ ਲਈ ਇਹਨੇ ਦੀ ਪੰਜਾਬੀ ਬਣਾ ਲਓ हेठ लिखे नु कन्वर्ट ਕਰਨ ਦੇ ਲਈ टू ऑब्जेक्ट कोड हेठ लिखे नु ਕਾਦੇ ਚ ਕਨਵਰਟ ਕਰਨਾ ਹੈਬਜੈਕਟ ਕੋਡ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਸੋਰਸ ਕੋਡ ਟੂ ਆਬਜੈਕਟ ਕੋਡ ਕਨਵਰਟ ਕਰਨ ਦੇ ਲਈ ਟ੍ਰਾਂਸਲੇਟਰ ਹੁੰਦਾ ਟ੍ਰਾਂਸਲੇਟਰ ਤਿੰਨ ਹੁੰਦੇ ਨੇ ਕੰਪਾਈਲਰ ਇੰਟਰਪ੍ਰੀਟਰ ਤੇ ਅਸੈਂਬਲਰ ਤਾਂ ਕੰਪਾਈਲਰ ਕਾਦੇ ਲਈ ਵਰਤਿਆ ਜਾਂਦਾ ਇਹਨੂੰ ਅਸੀਂ ਹਾਈ ਲੈਵਲ ਲੈਂਗੁਏਜ ਕਿਹਾ ਸੀ ਤੇ ਆਬਜੈਕਟ ਕੋਡ ਨੂੰ ਆਪਾਂ ਲੋ ਲੈਵਲ ਲੈਂਗੁਏਜ ਕਿਹਾ ਸੀ ਹੈਨਾ ਤਾ ਦਿਵਾਰੇ ਪੜਦੇ ਆ ਕੰਪਾਈਲਰ ਇਸ ਯੂਜ਼ ਟੂ ਕਨਵਰਟ ਦੀ ਫੋਲੋਇੰਗ ਹੇਡ ਲਿਖਿਆ ਨੂੰ ਕਨਵਰਟ ਕਰਨ ਲਈ ਵਰਤਦਾ ਹੈ ਨਾ ਟੂ ਆਬਜੈਕਟ ਕੋਡ ਵਿਚ ਕੈਨ ਬੀ ਐਗਜ਼ੀਕਿਊਟਡ ਵਿਚ ਕੈਨ ਬੀ ਐਗਜ਼ੀਕਿਊਟਡ ਹੈਨਾ ਤਾਂ ਸਾਨੂੰ ਇਹ ਲੱਗਦਾ ਵੀ ਆਨਸਰ ਇਹ ਤਾਂ ਲੋ ਲੈਵਲ ਲੈਂਗੁਏਜ ਹੋਊਗਾ ਕਿਉਂ ਕਿ ਕਿਉਂਕਿ ਜਿਹੜਾ ਐਗਜ਼ੀਕਿਊਟ ਹੋ ਸਕਦਾ ਤਾਂ ਲੋ ਲੈਵਲ ਹੀ ਨਹੀਂ ਪੁੱਛਿਆ ਕੀ ਹੈ ਕੰਪਾਈਲਰ ਇਸ ਯੂਜ਼ ਟੂ ਕਨਵਰਟ ਦੀ ਫੋਲੋਇੰਗ ਕਿਹੜੇ ਨੂੰ ਆਬਜੈਕਟ ਕੋਡ ਚ ਕਨਵਰਟ ਕਰਦਾ ਜਿਹੜਾ ਐਗਜ਼ੀਕਿਊਟ ਹੁੰਦਾ ਹੈਗੇ ਤਾਂ ਹਾਈ ਲੈਵਲ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦਾ ਜਿਹੜਾ ਲੋ ਲੈਵਲ ਵਾਲਾ ਐਗ ਸੋ ਇੱਥੇ ਕੁਐਸਚਨ ਦੇ ਵਿੱਚ ਜ਼ਿਆਦਾਤਰ ਇੰਗਲਿਸ਼ ਦਾ मीनिंग ਹੀ ਸਾਨੂੰ ਸਮਝ ਨਹੀਂ ਆਉਂਦਾ ਤਾਂ ਕਰਕੇ ਕੁਐਸਚਨ ਆਪਣਾ ਇਹ ਗਲਤ ਹੋ ਜਾਂਦਾ ਸੋ ਫਿਰ ਆਹ ਆ ਤਾਂ ਚਲੋ ਠੀਕ ਹੈ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਤਾਂ ਫਿਰ ਇਹਦਾ ਏ ਆਨਸਰ ਹੈ ਠੀਕ ਹੈ ਯਾਦ ਰੱਖਣਾ ਅਗਲਾ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਕੈਨ ਬੀ ਕਨਵਰਟਡ ਟੂ ਮਸ਼ੀਨ ਲੈਂਗੁਏਜ ਯੂজিং ਵਿਚ ਆਫ ਦੀ ਫੋਲੋਇੰਗ ਤਾਂ ਆਪਾਂ ਨੂੰ ਪਤਾ ਹੀ ਹੈ ਇਹ ਹਾਈ ਲੈਵਲ ਨੂੰ ਮਸ਼ੀਨ ਲੈਵਲ ਲੈਂਗੁਏਜ ਦਾ ਲੋ ਲੈਵਲ ਦੇ ਵਿੱਚ ਕਿਹੜਾ ਸੌਫਟਵੇਅਰ ਹੈ ਕੰਪਾਈਲਰ ਇੰਟਰਪ੍ਰੀਟਰ ਅਸੈਂਬਲਰ ਕਿਉਂ ਨਹੀਂ ਹੈ ਕਿਉਂਕਿ ਉਹ ਕੀ ਕਰਦਾ ਐਸੈਂਬਲੀ ਨੂੰ ਲੋਡ ਕਰਦਾ ਜੇ ਇੰਟਰਪ੍ਰੀਟਰ ਆਪਸ਼ਨ ਹੁੰਦਾ ਫਿਰ ਇੰਟਰਪ੍ਰੀਟਰ ਵੀ ਹੋ ਜਾਣਾ ਸੀ ਤਾਂ ਬੀ ਆਨਸਰ ਹੈ ਠੀਕ ਹੈ ਆ ਫਿਰ ਦੇਖੋ ਰਿਪੀਟ ਹੋ ਗਿਆ HTML ਯੂਜ਼ ਟੂ ਕ੍ਰੀਏਟ ਵੈਬ ਪੇजेस ਹੈ ਨਾ ਸੀ ਆਨਸਰ ਹੈ ਵਿੱਚੋਂ ਦੀ ਫੋਲੋਇੰਗ ਇਜ਼ ਨਾਟ ਪ੍ਰੋਗਰਾਮਿੰਗ ਲੈਂਗੁਏਜ ਦੇਖੋ ਕਾਮਨ ਬੜਾ ਕਾਮਨ ਕੁਐਸਚਨ ਹੈ ਬੀ ਮਾਈਕਰੋਸਾਫਟ ਆਫਿਸ ਜਿਹੜਾ ਹੈ ਇਹ ਐਪਲੀਕੇਸ਼ਨ ਸੌਫਟਵੇਅਰ ਹੈ ਪਾਸਕਲ ਵੀ ਲੈਂਗੁਏਜ ਹੈ ਜਾਵਾ ਵੀ ਲੈਂਗੁਏਜ ਹੈ ਸੀ ਪਲੱਸ ਪਲੱਸ ਵੀ ਇੱਕ ਲੈਂਗੁਏਜ ਹੈ ਠੀਕ ਹੈ ਅਗਲਾ ਫਿਰ ਬੜਾ ਵਧੀਆ ਕੁਐਸਚਨ ਹੈ ਏ ਕੰਪਿਊਟਰ ਪ੍ਰੋਗਰਾਮ दैट ਟ੍ਰਾਂਸਲੇਟਿਵ ਪ੍ਰੋਗਰਾਮ ਸਟੇਟਮੈਂਟ ਬਾਈ ਸਟੇਟਮੈਂਟ ਦੇਖੋ ਬਹੁਤ ਜਿਆਦਾ ਵਧੀਆ ਕੁਐਸਚਨ ਹੈ ਮੈਂ ਹਜੇ ਕਰਾਇਆ ਨਹੀਂ ਦੱਸ ਦੰ ਥਿਉਰੀ ਇਹਦੀ ਸਟੇਟਮੈਂਟ ਬਾਈ ਸਟੇਟਮੈਂਟ ਇਨਟੂ ਮਸ਼ੀਨ ਲੈਂਗੁਏਜਿਸ ਕਾਲਡ ਕੀ ਕੰਪਾਈਲਰ ਹੈ ਕਿ ਇੰਟਰਪ੍ਰੀਟਰ ਹੈ ਟ੍ਰਾਂਸਲੇਟਰ ਤਾਂ ਚਲੋ ਜਨਰਲ ਟਰਮ ਆ ਗਈ ਸਿਮੂਲੇਟਰ ਵੀ ਨਹੀਂ ਆਨਸਰ ਹੁੰਦਾ ਹੁਣ ਆਨਸਰ ਹੈ ਜਿਹੜਾ ਉਹ ਕੰਪਾਈਲਰ ਵੀ ਹੋ ਸਕਦਾ ਤੇ ਇੰਟਰਪ੍ਰੀਟਰ ਵੀ ਹੋ ਸਕਦਾ ਤਾਂ ਆਪਾਂ ਡਿਫਰੈਂਸ ਦੇਖ ਲੈਣੇ ਆ ਤਾਂ ਇਹ ਕੰਪਾਈਲਰ ਹੈ ਸਪੋਜ਼ ਕਰੋ 10 ਪੇਜ ਲਿਖੇ ਨੇ ਆਪਾਂ ਪ੍ਰੋਗਰਾਮ ਦੇ 10 ਪੇजेस 10 ਪੇਜਾਂ ਦਾ ਤੁਸੀਂ ਕੋਈ ਸੌਫਟਵੇਅਰ ਬਣਾਤਾ ਕੋਡ ਬਣਾਤਾ ਕੰਪਾਈਲਰ ਨੇ ਕੀ ਕਰਨਾ ਹੈ 10 ਦੇ 10 ਪੇਜ ਚੱਕਣੇ ਨੇ ਸਾਰਿਆਂ ਨੂੰ ਕਦੇ ਚ ਕਰ ਦੇਣਾ ਲੋਅ ਲੈਵਲ ਦੇ ਵਿੱਚ ਕਨਵਰਟ ਕਰ ਦੇਣਾ ਇਹ ਸੀਗਾ ਹਾਈ ਲੈਵਲ ਇੱਥੇ ਕਦੇ ਚ ਕਨਵਰਟ ਕਰਤਾ ਲੋਅ ਲੈਵਲ ਲੈਂਗੁਏਜ ਦੇ ਵਿੱਚ ਤਾਂ ਕੰਪਾਈਲਰ ਦਾ ਕੀ ਕੰਮ ਹੈ ਸੀ ਤੋਂ ਕੰਪਾਈਲਰ ਹੈ ਸੀ ਤੋਂ ਯਾਦ ਰੱਖ ਲਿਓ ਕੰਪਲੀਟਲੀ ਜਾਂ ਇਕੱਠਾ ਹੀ ਕਰ ਦਿੰਦਾ ਹੈ ਮਤਲਬ 10 ਦੇ 10 ਪੇਜਾਂ ਨੂੰ ਚੱਕ ਕੇ ਇਕੱਠਾ ਕਰ ਦਿੰਦਾ ਹੈ ਕਨਵਰਟ ਠੀਕ ਹੈ ਇਹ ਹੋ ਗਿਆ ਕੰਪਾਈਲਰ ਤੇ ਜਿਹੜਾ ਇੰਟਰਪ੍ਰੀਟਰ ਹੈ ਇਹ ਕਰੂਗਾ 1 ਬਾਈ 1 1 ਬਾਈ 1 ਲਾਈਨ ਬਾਈ ਲਾਈਨ ਹੈ ਯਾਦ ਰੱਖਣ ਲਈ ਟਰਮਾਂ ਨੇ ਇਹੀ ਪਾ ਦਿੰਦਾ ਕਈ ਵਾਰੀ ਲਾਈਨ ਬਾਈ ਲਾਈਨ ਸਟੇਟਮੈਂਟ ਬਾਈ ਸਟੇਟਮੈਂਟ ਸਟੇਟਮੈਂਟ ਬਾਈ ਸਟੇਟਮੈਂਟ ਇਨਸਟਰਕਸ਼ਨ ਬਾਈ ਇਨਸਟਰਕਸ਼ਨ ਇਨਸਟਰਕਸ਼ਨ ਬਾਈ ਇਨਸਟਰਕਸ਼ਨ ਠੀਕ ਹੈ ਤੇ ਇੱਥੇ 10 ਪੇਜ ਨੇ ਇੰਟਰਪ੍ਰੀਟਰ ਨੇ ਕੀ ਕਰਨਾ ਪਹਿਲੇ ਪੇਜ ਦੀ ਪਹਿਲੀ ਲਾਈਨ ਚੱਕਣੀ ਹੈ ਹਾਈ ਲੈਵਲ ਵਾਲੀ ਲੋਜ ਕਨਵਰਟ ਕਰਦਨੇ ਆ ਫਿਰ ਦੂਜੀ ਤੀਜੀ ਐਂ ਕਰੂਗਾ ਯਾਨੀ ਕਿ ਆਪਾਂ ਕਹਿ ਸਕਦੇ ਆ 1 ਬਾਈ 1 ਲਾਈਨ ਬਾਈ ਲਾਈਨ ਸਟੇਟਮੈਂਟ ਬਾਈ ਸਟੇਟਮੈਂਟ ਇਨਸਟਰਕਸ਼ਨ ਬਾਈ ਇਨਸਟਰਕਸ਼ਨ ਸਾਰਿਆਂ ਦਾ ਮੀਨਿੰਗ ਸੇਮ ਆ ਠੀਕ ਹੈ ਤਾਂ ਉਹ ਇੰਟਰਪ੍ਰੀਟਰ ਹੈ ਇਹਨੂੰ ਯਾਦ ਰੱਖਣ ਦਾ ਤਰੀਕਾ ਕੀ ਹੈ ਇੰਟਰਪ੍ਰੀਟਰ ਦੇ ਵਿੱਚ ਆਈ ਆਉਂਦਾ ਹੈ ਕੰਪਾਈਲਰ ਦੇ ਵਿੱਚ ਸੀ ਆਉਂਦਾ ਸੀ 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 ਇਹਦਾ ਇਕੱਠਾ ਕਰ ਦਿੰਦਾ ਹੈ ਇੰਟਰਪ੍ਰੀਟਰ ਦੇ ਵਿੱਚ ਆਈ ਆਉਂਦਾ ਹੈ ਇਨਸਟਰਕਸ਼ਨ ਬਾਈ ਇਨਸਟਰਕਸ਼ਨ ਲਾਈਨ ਬਾਈ ਲਾਈਨ ਜਾਂ 1 ਬਾਈ 1 ਇਥੋ ਕੀ ਚੀਜ਼ ਯਾਦ ਰੱਖ ਜੂ ਠੀਕ ਹੈ ਤਾਂ ਕੰਪਾਈਲਰ ਦੇ ਵਿੱਚ 에ਰਰ ਆਉਂਦੇ ਸੀ ਜਿਹੜੇ ਜਦੋਂ 10 ਪੇਜਾਂ ਤੋਂ ਬਾਅਦ ਹੀ ਦੱਸਿਆ ਜਾਂਦਾ ਸੀ ਵੀ ਤੁਹਾਡੇ ਆਹਾ ਆਹਾ ਤੁਹਾਡੀਆਂ ਪਹਿਲੇ ਪੇਜ ਤੇ ਆਹ ਗਲਤੀ ਹੈ ਦੂਜੇ ਤੇ ਆਹ ਤੀਜੇ ਤੇ ਆਹ 99 ਨੰਬਰ ਲਾਈਨ ਨੰਬਰ 'ਚ ਗਲਤੀ ਹੈ ਤਾਂ ਪਕ ਕਹਿ ਸਕਦੇ ਆ ਕੰਪਾਈਲਰ ਦੇ ਵਿੱਚ ਕੰਪਾਈਲੇਸ਼ਨ ਦੇ ਵਿੱਚ 에ਰਰ ਨੇ ਜਿਹੜੇ ਉਹ ਐਂਡ ਤੇ ਡਿਸਪਲੇ ਕੀਤੇ ਜਾਂਦੇ ਨੇ ਬਟ ਇੰਟਰਪ੍ਰੀਟਰ ਦੇ ਵਿੱਚ ਨਾਲ ਦੀ ਨਾਲ ਇੱਕ ਲਾਈਨ ਸਬਮਿਟ ਕੀਤੀ ਬਾਅਦ ਦੇ ਵਿੱਚ 에ਰਰ ਆ ਗਏ ਠੀਕ ਹੈ ਤਾਂ ਇਹ ਜਿਹੜੀ ਸੀਗੀ ਹਾਈ ਲੈਵਲ ਲੈਂਗੁਏਜ ਸੀ ਲੈਂਗੁਏਜ ਹੈ ਦੇਖੋ ਤਾਂ ਕੰਪਾਈਲਰ ਤੇ ਇੰਟਰਪ੍ਰੀਟਰ ਨੇ ਇਹ ਦੋਨੋਂ ਹੀ ਹਾਈ ਲੈਵਲ ਟੂ ਲੋ ਲੈਵਲ ਕਰਦੇ ਨੇ ਬਸ ਫਰਕ ਇਹ ਹੈ ਕੰਪਾਈਲਰ ਇਕੱਠਾ ਕਰ ਦਿੰਦਾ ਇੰਟਰਪ੍ਰੀਟਰ ਲਾਈਨ ਬਾਈ ਲਾਈਨ ਕਰਦਾ ਬਟ ਅਸੈਂਬਲਰ ਕੀ ਕਰਦਾ ਇਹ ਹਾਈ ਲੈਵਲ ਨੂੰ ਲੋਅ ਚ ਨਹੀਂ ਕਰਦਾ ਇਹ ਅਸੈਂਬਲੀ ਨੂੰ ਕਰਦਾ ਦੇਖੋ ਸਭ ਤੋਂ ਪਹਿਲਾਂ ਬਣੀ ਸੀ ਫਰਸਟ ਜਨਰੇਸ਼ਨ ਦੇ ਵਿੱਚ ਮੈਂ ਬਹੁਤ ਵਾਰੀ ਦੱਸਿਆ ਕਿ ਮਸ਼ੀਨ ਲੈਂਗੁਏਜ ਆ ਬਾਈਨਰੀ ਲੈਂਗੁਏਜ ਦੂਜੀ ਜਨਰੇਸ਼ਨ ਦੇ ਵਿੱਚ ਅਸੈਂਬਲੀ ਲੈਂਗੁਏਜ ਬਣੀ ਅਸੈਂਬਲੀ ਲੈਂਗੁਏਜ ਆ ਜਿਹੜੀ ਬਾਈਨਰੀ ਦੇ ਨਾਲੋਂ ਥੋੜੀ ਜੀ ਸੌਖੀ ਸੀ ਪਰ ਇੰਨੀ ਵੀ ਸੌਖੀ ਨਹੀਂ ਸੀ ਜਿਵੇਂ ਇੱਥੇ ਕੀ ਹੋ ਰਿਹਾ ਮੂਵ ਐਮਓਬੀ ਕਮਾਂਡ ਆ ਇਹ ਨਿਮੋਨਿਕਸ ਬੋਲਦੇ ਨੇ ਇਹਨੂੰ ਆਪਾਂ ਆਰ3 ਰਜਿਸਟਰ ਆ ਉਹਦੇ ਵਿੱਚ ਕਨਸਟੈਂਟ ਵੈਲਿਊ 15 ਜਾ ਰਹੀ ਆ ਤੇ ਸਟੋਰ ਕਰ ਰਹੇ ਆ R3 ਨੂੰ ਕਿਸੇ ਲੋਕੇਸ਼ਨ ਤੇ ਫਿਰ ਮੂਵ ਕਰ ਰਹੇ ਆ R3 ਦੇ ਵਿੱਚ 25 ਸਟੋਰ ਕਰ ਰਹੇ ਆ R3 ਦੇ ਵਿੱਚ ਫਿਰ ਲੋਡ ਕਰ ਰਹੇ ਆ T ਨੂੰ ਫਿਰ ਲੋਡ ਕਰ ਰਹੇ ਆ ਫਿਰ ਐਡ ਕਰ ਰਹੇ ਆ ਫਿਰ ਸਟੋਰ ਕਰ ਰਹੇ ਆ ਦੇਖੋ ਉਹੀ ਕੰਮ ਹੋ ਰਿਹਾ ਸਿੰਬल्स ਦੀ ਫਾਰਮ ਦੇ ਵਿੱਚ ਤਾਂ ਕਰਕੇ ਇਹਨੂੰ ਅਸੈਂਬਲੀ ਕਿਹਾ ਜਾਂਦਾ ਤਾਂ ਅਸੈਂਬਲੀ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦਾ ਉਹ ਹੁੰਦਾ ਅਸੈਂਬਲ ਅਸੈਂਬਲਰ ਇਹ ਵੀ ਇਕੱਠਾ ਹੀ ਕਰ ਦਿੰਦਾ ਇਹ ਲਾਈਨ ਬਾਈ ਲਾਈਨ ਨਹੀਂ ਕਰਦਾ ਇਕੱਠਾ ਹੀ ਕਰ ਦਿੰਦਾ ਠੀਕ ਆ ਆ ਥਿਊਰੀ ਜੋ ਮੈਂ ਤੁਹਾਨੂੰ ਬੋਲ ਕੇ ਦੱਸਿਆ ਉਹੀ ਲਿਖਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਪੜ ਲਿਓ ਠੀਕ ਹੈ ਤਾਂ ਇਹ ਇਹਦਾ ਫਿਰ ਆਨਸਰ ਕੀ ਆ ਜੂਗਾ ਆਪਾਂ ਨੂੰ ਪੁੱਛਿਆ ਸਟੇਟਮੈਂਟ ਬਾਈ ਸਟੇਟਮੈਂਟ ਆ ਜਾਂ 1 ਬਾਈ 1 ਆ ਤਾਂ ਫਿਰ ਆਨਸਰ ਇਹਦਾ ਡੀ ਹੋਣਾ ਚਾਹੀਦਾ ਹੈ ਇੰਟਰਪ੍ਰੀਟਰ ਠੀਕ ਹੈ ਸੌਖਾ ਨਾ ਕੰਮ ਘੈਂਟਾ ਕੰਮ ਹਾਂ ਅਗਲਾ ਕੁਐਸਚਨ ਹੈ ਕੰਪਾਈਲਰ ਇਸ ਸੌਫਟਵੇਅਰ ਵਿੱਚ ਕਨਵਰਟਸ ਕੀ ਕਰਦਾ ਹੈ ਕਰੈਕਟਰ ਟੂ ਬਿਟਸ ਨਹੀਂ ਕਰਦਾ ਹਾਈ ਲੈਵਲ ਲੈਂਗੁਏਜ ਟੂ ਮਸ਼ੀਨ ਲੈਵਲ ਲੈਂਗੁਏਜ ਕਿ ਮਸ਼ੀਨ ਲੈਂਗੁਏਜ ਟੂ ਲੋਅ ਲੈਵਲ ਦੇਖੋ ਉਲਝਾ ਗਿਆ ਨਾ ਆ ਤਾਂ ਨਹੀਂ ਹੈਗਾ ਵਰਡ ਟੂ ਬਿਟਸ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ 'ਚ ਕਰਦਾ ਕਿ ਮਸ਼ੀਨ ਨੂੰ ਹਾਈ 'ਚ ਤਾਂ ਇਹ ਮੈਂ ਦੱਸਿਆ ਕੋਈ ਵੀ ਸੌਫਟਵੇਅਰ ਮਸ਼ੀਨ ਲੈਂਗੁਏਜ ਨੂੰ ਹਾਈ ਲੈਵਲ 'ਚ ਕਨਵਰਟ ਨਹੀਂ ਕਰਦਾ ਤਾਂ ਚਾਹੇ ਕੰਪਾਈਲਰ ਆ ਚਾਹੇ ਇੰਟਰਪ੍ਰੀਟਰ ਆ ਉਹ ਕੀ ਕਰਦੇ ਨੇ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ 'ਚ ਜਾਂ ਮਸ਼ੀਨ ਦੇ ਵਿੱਚ ਅਗਲਾ ਕੁਐਸਚਨ ਇਨ ਕੰਪਿਊਟਰ ਰਿਲੇਟਡ ਐਕਟੀਵਿਟੀਆਂ ਵਿੱਚ ਆਫ ਦੀ ਫਾਲੋਇੰਗ ਇਜ਼ ਇਨਐਪ੍ਰੋਪਰੀਏਟ ਫॉर ਡਿਸਕ੍ਰਾਈ빙 ਅ ਲੈਂਗੁਏਜ ਟ੍ਰਾਂਸਲੇਟਰ ਦੇਖੋ ਟ੍ਰਾਂਸਲੇਟਰ ਉਥੇ ਆਪਾਂ ਕਾਮਨ ਟਰਮ ਬੋਲਿਆ ਸੀ ਉਹਨੂੰ ਆਪਾਂ ਲੈਂਗੁਏਜ ਟ੍ਰਾਂਸਲੇਟਰ ਵੀ ਬੋਲ ਸਕਦੇ ਹਾਂ ਕਿਉਂਕਿ ਟਰਾਂਸਲੇਟਰ ਤਾਂ ਅੰਗਰੇਜ਼ੀ ਨੂੰ ਪੰਜਾਬੀ 'ਚ ਬਦਲਨ ਵਾਲਾ ਵੀ ਹੋ ਸਕਦਾ ਹੈ ਨਾ ਤਾਂ ITF ਲੈਂਗੁਏਜ ਟਰਾਂਸਲੇਟਰ ਵਰਤਾਂਗੇ ਕਹਿੰਦਾ ਲੈਂਗੁਏਜ ਟਰਾਂਸਲੇਟਰ ਦੇ ਵਿੱਚੋਂ ਕਿਹੜਾ ਇਨ ਐਪਰੋਪਰੀਏਟ ਹੈ ਅਸੈਂਬਲਰ ਹੁੰਦਾ ਹੈ ਲੈਂਗੁਏਜ ਟਰਾਂਸਲੇਟਰ ਆ ਪਰ ਪੜਿਆ ਕੰਪਾਈਲਰ ਵੀ ਹੈ ਇੰਟਰਪ੍ਰੀਟਰ ਵੀ ਹੈ ਕੋਡੈਕ ਨਹੀਂ ਹੈ ਕੋਡੈਕ ਬੇਸਿਕਲੀ ਕੰਪ੍ਰੈਸ਼ਨ ਵਾਸਤੇ ਵਰਤਿਆ ਜਾਂਦਾ ਤੁਹਾਨੂੰ ਯਾਦ ਹੋਵੇ ਮੈਂ ਪੰਜਾਬ ਪੁਲਿਸ ਦੇ ਪੇਪਰ ਜਨ ਹੋਇਆ ਸੀਗਾ ਉਦੋਂ ਆਪਾਂ ਕਰਵਾਇਆ ਸੀਗਾ ਸਬ ਇਨਸਪੈਕਟਰ ਲੈਵਲ ਦੇ ਪੇਪਰ ਹੋਏ ਸੀ ਉੱਥੇ VOIP ਟਾਪਿਕ ਸੀਗਾ ਉਹਦੇ ਚ ਆਪਾਂ ਕੋਡੈਕ ਕੀਤਾ ਸੀ ਕੰਪ੍ਰੈਸ਼ਨ ਐਂਡ ਡੀਕੰਪ੍ਰੈਸ਼ਨ ਦੇ ਲਈ ਸੌਂਗ ਤੇ ਵੀਡੀਓ ਦੇ ਲਈ ਕੋਡੈਕ ਵਰਤੇ ਜਾਂਦਾ ਤਾਂ ਫਿਰ ਆਨਸਰ ਏ ਹੋ ਜੂਏ ਇਨ ਇਨੈਪ੍ਰੋਪਰੀਏਟ ਆ ਕਾਦੇ ਵਾਸਤੇ ਲੈਂਗੁਏਜ ਟਰਾਂਸਲੇਟਰ ਵਰਤੇ ਠੀਕ ਹੈ ਅਗਲਾ ਕੁਐਸਚਨ ਕਹਿੰਦਾ ਵਿੱਚੋਂ ਦੀ ਫੋਲੋਇੰਗ ਇਜ਼ ਪ੍ਰੋਗਰਾਮਿੰਗ ਲੈਂਗੁਏਜ ਕਹਿੰਦਾ ਇਹ ਲਿਖਿਆਂ ਚੋਂ ਕਿਹੜੀ ਪ੍ਰੋਗਰਾਮਿੰਗ ਲੈਂਗੁਏਜ ਹੈ ਡੀਪ ਲਰਨਿੰਗ ਨਹੀਂ ਲੈਂਗੁਏਜ ਮਸ਼ੀਨ ਲਰਨਿੰਗ ਵੀ ਨਹੀਂ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਨਹੀਂ ਹੈ ਪਾਈਥਨ ਤਾਂ ਪਾਈਥੋਨਿਕ ਕੈਲੋ ਵੀ ਅ ਪ੍ਰੋਗਰਾਮਿੰਗ ਲੈਂਗੁਏਜ ਆ ਬਾਕੀ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਲੈਂਗੁਏਜ ਨਹੀਂ ਹੈਗੀਆਂ ਇੱਕ ਕਨਸੈਪਟ ਨੇ ਇੱਕ ਆਈਡੀਆਜ਼ ਨੇ ਜਾਂ ਇੱਕ ਇੰਪਲੀਮੈਂਟੇਸ਼ਨ ਹੈ ਕਿਸੇ ਚੀਜ਼ ਦੀ ਜਿਵੇਂ ਰੋਬੋਟ ਕਹਿ ਦਈਏ ਰੋਬੋਟ ਇੱਕ ਕੋਈ ਐਗਜ਼ਾਮ ਲੈਂਗੁਏਜ ਥੋੜੀ ਐ ਪਰ ਰੋਬੋਟ ਸਾਨੂੰ ਹੈਲਪ ਵੀ ਬਹੁਤ ਜ਼ਿਆਦਾ ਕਰਦੇ ਨੇ ਜਿਵੇਂ ਏਟੀਐਮ ਮਸ਼ੀਨ ਕਹਿ ਦਈਏ ਉਹ ਐਪਲੀਕੇਸ਼ਨ ਆ ਇੱਕ ਉਹ ਸਾਨੂੰ ਹੈਲਪ ਕਰਦੀ ਐ ਕਿਸੇ ਪੈਸੇ ਕਢਾ ਸਕਦੇ ਆ ਹਨਾ ਪੈਸੇ ਜਮ੍ਹਾਂ ਕਰਾ ਸਕਦੇ ਆ ਬੈਲੈਂਸ ਚੈੱਕ ਕਰ ਸਕਦੇ ਆ ਤਾਂ ਉਹਦੇ ਵਿੱਚ ਲੈਂਗੁਏਜ ਵਰਤੀ ਜਾਂਦੀ ਐ ਸੀ ਸੀ ਪਲੱਸ ਪਲੱਸ ਵਿੰਡੋ ኦਪਰੇਟਿੰਗ ਸਿਸਟਮ ਵਰਤੇ ਜਾਂਦਾ ਹਨਾ ਉਵੇਂ ਹੀ ਪਾਈਥਨ ਲੈਂਗੁਏਜ ਐ ਆਹ ਤਿੰਨ ਟੈਕਨੋਲੋਜੀਜ਼ ਨੇ ਟੈਕਨੋਲੋਜੀਜ਼ ਠੀਕ ਐ ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿੰਨਾ ਮੈਂ ਕਿਉਂਕਿ ਪੁੱਛ ਲਿਆ ਜਾਂਦਾ ਇੱਕ ਦੋ ਕੁਐਸਚਨ ਉਹਨੇ ਆਏ ਨੇ ਮਸ਼ੀਨ ਲਰਨਿੰਗ ਕੀ ਹੁੰਦੀ ਐ ਠੀਕ ਐ ਤਾਂ ਮਸ਼ੀਨ ਲਰਨਿੰਗ ਐ ਮਸ਼ੀਨ ਲਰਨਿੰਗ ਦੇ ਵਿੱਚ AI ਡੀਪ ਲਰਨਿੰਗ ਐਲਗੋਰਿਦਮ ਲਰਨਿੰਗ ਇੰਪਰੂਵਸ ਐਨਲਾਈਜ਼ ਆਟੋਨੋਮਸ ਨਿਊਰੋਨ ਨੈਟਵਰਕਸ ਕਲਾਸੀਫਿਕੇਸ਼ਨ ਡਾਟਾ ਮਾਈਨਿੰਗ ਇਹ ਸਾਰੀਆਂ ਮਸ਼ੀਨ ਲਰਨਿੰਗ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਨੇ ਪਹਿਲਾਂ ਮੈਂ ਤੁਹਾਨੂੰ ਸਮਝਾਉਣਾ ਵੀ ਮਸ਼ੀਨ ਲਰਨਿੰਗ ਕੀ ਉਹਦੇ ਜ਼ਰੂਰੀ ਆਪਾਂ ਨੂੰ ਚੀਜ਼ਾਂ ਸਮਝਣੀਆਂ ਹਨਾ ਜ਼ਰੂਰੀ ਨਹੀਂ ਹੈਗਾ ਵੀ ਇਹ ਕੰਪਿਊਟਰ ਵਾਲੇ ਬੰਦੇ ਨੂੰ ਹੀ ਪਤਾ ਹੋਵੇ ਮੈਂ ਚਾਹੁੰਦਾ ਕਿ ਤੁਹਾਨੂੰ ਵੀ ਪਤਾ ਹੋਵੇ ਉਹਨੇ ਇੱਕ ਕੁਐਸਚਨ ਵੀ ਪੁੱਛਿਆ ਮਸ਼ੀਨ ਲਰਨਿੰਗ ਤੇ ਪਤਾ ਨਹੀਂ ਕਿਹੜੇ ਪੇਪਰ ਦੇ ਵਿੱਚ ਮੈਂ ਤੁਹਾਨੂੰ ਸਮਝਾ ਦਿੰਦਾ ਕੋਈ ਵੀ ਕੁਐਸਚਨ ਤੁਹਾਨੂੰ ਬਾਹਰੋਂ ਪੁੱਛ ਲੇ ਜਿੱਥੋਂ ਮਰਜੀ ਪੁੱਛ ਲੇ ਥੋੜਾ ਕੁਐਸਚਨ ਨਹੀਂ ਫਸੂਗਾ ਠੀਕ ਹੈ ਸੋ ਉਸੇ ਕਨਸੈਪਟ ਤੇ ਹੀ ਆਪਾਂ ਕੰਮ ਕਰ ਰਹੇ ਆ ਆਪਣਾ ਕੰਮ ਇਹ ਨਹੀਂ ਹੈਗਾ ਵੀ ਚੀਜ਼ਾਂ ਨੂੰ ਆਪਾਂ ਕੋਈ ਸਸਤੀ ਮਸ਼ਹੂਰੀ ਨਹੀਂ ਭਾਲਦੇ ਵਿੱਚ ਜਾਨੇ ਮੀਡੀਆ ਤੇ ਮੂਹਰੇ ਅੱਗੇ ਆ ਜੀਏ ਆਪਾਂ ਡਿਟੇਲ ਦੇ ਵਿੱਚ ਕੰਮ ਕਰਾਵਾਂਗੇ ਠੀਕ ਹੈ ਤਾਂ ਕਰਕੇ ਥੋੜੇ ਬੰਦੇ ਜੁੜੇ ਆਪਣੇ ਨਾਲ ਮੈਨੂੰ ਪਤਾ ਇਸ ਚੀਜ਼ ਦਾ ਕੋਈ ਗੱਲ ਨਹੀਂ ਬੰਦੇ ਹੌਲੀ ਹੌਲੀ ਜੁੜਦੇ ਹੁੰਦੇ ਆ ਤਾਂ ਆਪਾਂ ਇਹ ਫੋਰਸ ਵੀ ਨਹੀਂ ਕਰਦੇ ਵੀ ਅਸੀਂ ਸਭ ਤੋਂ ਵਧੀਆ ਕਰਾ ਰਹੇ ਆ ਕੋਈ ਗੱਲ ਨਹੀਂ ਜਿਹੜਾ ਬੰਦੇ ਮਿਹਨਤ ਕਰ ਰਹੇ ਨੇ ਸਾਰੇ ਆਪਣੇ ਫੀਲਡ ਦੇ ਵਿੱਚ ਬੰਦੇ ਚੰਗੇ ਹੁੰਦੇ ਆ ਜਿਹੜਾ ਮੁੰਡਾ ਮਿਹਨਤ ਕਰ ਰਿਹਾ ਸੋ ਇੱਕ ਕਦੇ ਨਾ ਕਦੇ ਤਾਂ ਬੰਦਾ ਅੱਗੇ ਆਉਂਦਾ ਹੀ ਆ ਜੇ ਸਾਨੂੰ ਲੱਗਦਾ ਅਸੀਂ ਮਿਹਨਤ ਕਰ ਰਹੇ ਆ ਮੈਨੂੰ ਲੱਗਦਾ ਮੈਂ ਮਿਹਨਤ ਕਰ ਰਿਹਾ ਤਾਂ ਮੈਂ ਹੌਲੀ ਉਹ ਤੁਸੀਂ ਡਿਸਾਈਡ ਕਰਨਾ ਮੈਂ ਥੋੜੀ ਡਿਸਾਈਡ ਕਰ ਸਕਦਾ ਵੀ ਮੇਰਾ ਜੀ ਸਭ ਤੋਂ ਉੱਪਰ ਹੈ ਕੰਮ ਕੰਮ ਤੁਸੀਂ ਦੱਸਣਾ ਹੈ ਸਟੂਡੈਂਟ ਨੇ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਸਾਨੂੰ ਕਿਸੇ ਦੀ ਆਵਾਜ਼ ਹੀ ਨਹੀਂ ਵਧੀਆ ਲੱਗਦੀ ਕੋਈ ਬੰਦਾ ਸਾਨੂੰ ਐਸੀ ਇਰੀਟੇਟ ਕਰੀ ਜਾਂਦਾ ਉਹੀ ਮਰੀ ਜਾਂਦਾ ਇਧਰ ਲੀ ਉਧਰ ਲੀ ਹੈਨਾ ਕਈ ਵਾਰੀ ਕੋਈ ਸਾਨੂੰ ਬੰਦੇ ਨਾਲ ਐਸੀ ਪਿਆਰ ਜਿਹਾ ਹੋ ਜਾਂਦਾ ਵੀ ਬੰਦਾ ਉਹਦੀਆਂ ਸੋ ਮੈਂ ਵੀ ਸਟੂਡੈਂਟ ਆ ਮੈਨੂੰ ਪਤਾ ਯਰੇ ਨਾ ਗੱਲਾਂ ਦਾ ਕਿ ਕੋਈ ਬੰਦੇ ਹੁੰਦੇ ਸਾਨੂੰ ਆਨਲਾਈਨ ਜਾਂ ਉਹਨਾਂ ਦੀਆਂ ਗੱਲਾਂ ਸੁਣਨੀਆਂ ਵਧੀਆ ਲੱਗਦੀਆਂ ਹੁੰਦੀਆਂ ਕੋਈ ਬੰਦੇ ਨੂੰ ਅਸੀਂ ਮਜਬੂਰੀ ਦੇ ਤੌਰ ਤੇ ਸੁਣ ਰਹੇ ਹੁੰਨੇ ਹਾਂ ਨਾ ਸੋ ਮੈਂ ਇਥੇ ਹੀ ਦੱਸਣਾ ਚਾਹੁੰਗਾ ਕਿ ਆਪਾਂ ਡਿਟੇਲ ਦੇ ਵਿੱਚ ਕੰਮ ਕਰਨਾ ਆਪਣਾ ਸ਼ਾਰਟਕਟ ਨਹੀਂ ਹੈਗਾ ਜਿਸ ਨੂੰ ਲੱਗਦਾ ਕਿ ਸਮਾਂ ਵੇਸਟ ਹੋ ਰਿਹਾ ਤਾਂ ਤੁਸੀਂ ਤੁਸੀਂ ਛੱਡ ਸਕਦੇ ਹੋ ਸਕਿੱਪ ਕਰ ਸਕਦੇ ਹੋ ਇਹਨੇ ਪਾਰਟ ਨੂੰ ਪਰ ਮੈਨੂੰ ਵਧੀਆ ਤਾਂ ਲੱਗਦਾ ਵੀ ਤੁਹਾਡਾ ਕੁਐਸਚਨ ਜੇ 10 ਆ ਰਿਹਾ ਤਾਂ 10 ਚੋਂ 10 ਹੀ ਟਾਰਗੇਟ ਆਪਣਾ ਹੀ ਨਹੀਂ ਹੈ ਵੀ ਨੋ ਹੋ ਗਏ ਬਹੁਤ ਹੈ ਜੀ 8 ਹੋ ਗਏ ਬਹੁਤ ਹੈ ਜੀ 80% ਕੀ ਦਾ 100% ਹੁੰਦਾ ਪਰ ਮੇਰਾ ਮਨ ਹੈਗਾ ਵੀ ਜੇ 100 ਚੋਂ 100% ਹੀ ਆਪਣਾ ਕੰਮ ਹੋਣਾ ਚਾਹੀਦਾ ਹੈ ਕਮੀ ਨਹੀਂ ਆਪਾਂ ਛੱਡਣੀ ਕਿਸੇ ਗੱਲ 'ਚ ਹਾਂ ਟਾਈਮ ਜੇ ਦੂਜਾ ਬੰਦਾ 3 ਘੰਟੇ ਲਾਉਂਦਾ ਹੈ ਤਿੰਨ ਘੰਟਿਆਂ 'ਚ ਉਹ ਤੁਹਾਡਾ ਸਿਲੇਬਸ ਕਰਾਊਗਾ ਤਾਂ ਹੋ ਸਕਦਾ ਮੈਂ 6 'ਚ ਕਰਾ ਦਿਆਂ ਮੈਂ ਦੁੱਗਣਾ ਟਾਈਮ ਲੈ ਜਾ ਪਰ ਆਪਣਾ ਕੰਮ ਜਿਹੜਾ ਹੈ ਉਹ ਤੇ ਫਿਰ ਆਏ ਨਾ ਹੋ ਜੇ ਵੀ ਯਾਰ ਆ ਤਾਂ ਆਪਾਂ ਕਰਿਆ ਨਹੀਂ ਸੀ ਪਰ ਮੈਂ ਇਹ ਵੀ ਕਹਿਣਾ ਵੀ ਇਹ ਵੀ ਨਹੀਂ ਹੋ ਸਕਦਾ ਵੀ ਅਸੀਂ ਸਾਰਾ ਹੀ ਕੰਮ ਕਰਾ ਦਈਏ ਪਰ ਦਿਮਾਗ 'ਚ ਥਾਟ ਇਹ ਆ ਵੀ ਸਾਰਾ ਕਰਾਈਏ ਕੋਈ ਵੀ ਪੁੱਛਣ ਵਾਲੇ ਦਾ ਤਾਂ ਹੁਣ ਇਹ ਕੋਈ ਐਂਡ ਤਾਂ ਹੈ ਨਹੀਂ ਕੰਪਿਊਟਰ ਦਾ ਵੀ ਇੱਥੇ ਐਂਡ ਹੋ ਗਿਆ ਉਹ ਕਿਤੋਂ ਵੀ ਪਾਉਂਦਾ ਤੇ ਉਹਨੇ ਬਾਉਂਡਰੀ ਡਿਫਾਈਨ ਨਹੀਂ ਨਾ ਕੀਤੀ ਹੋਈ ਵੀ ਇਹ ਬੇਸਿਕ ਹੈ ਹਾਈ ਲੈਵਲ ਦਾ ਕਿਉਂਕਿ ਕੰਪਿਊਟਰ ਬ੍ਰਾਂਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਬਹੁਤ ਵੱਡੀ ਬ ਇਹ ਉਹ ਬਾਉਂਡਰੀ ਇੰਨੀ ਚ ਹੀ ਰਹਿੰਦਾ ਜਿਨੀ ਪੇਪਰ ਇਹਦੇ ਵਿੱਚ ਹੋਣੀ ਚਾਹੀਦੀ ਹੈ ਕਾਮਨ ਪੇਪਰ ਚ ਫਿਰ ਤਾਂ ਠੀਕ ਹੈ ਕਈ ਵਾਰੀ ਉਹ ਇਧਰ ਵੱਡ ਜਾਂਦਾ ਜਿਵੇਂ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਪੇਪਰ ਤਾਂ ਉਹ ਡੈਡਲੌਕ ਹੁਣ ਉਹ ਬੇਸਿਕ ਚ ਆਉਂਦਾ ਹੀ ਨਹੀਂ ਡੈਡਲੌਕ ਦੇ ਵਿੱਚ ਲੈ ਗਿਆ ਤਾਂ ਜਾਂ ਉਹ ਜਿਵੇਂ BOIP ਜਾਂ ਇਨਕ੍ਰਿਪਸ਼ਨ ਡੀਕ੍ਰਿਪਸ਼ਨ ਇਧਰ ਬੇਸਿਕ ਹੈ ਉਹ ਇਧਰ ਚਲਾ ਗਿਆ ਤਾਂ ਫਿਰ ਚੀਜ਼ਾਂ ਹੋ ਜਾਂਦੀਆਂ ਨੇ ਆਦਰਵਾਈਜ਼ ਜਿਹੜਾ ਇਹ ਬਾਉਂਡਰੀ ਦੇ ਵਿੱਚ ਆਉਂਦਾ ਉਹ ਨਹੀਂ ਆਪਾਂ ਛੱਡਣਾ ਤਾਂ ਇਹ ਜਿਹੜਾ ਹੈ ਮਸ਼ੀਨ ਲਰਨਿੰਗ ਆਪਾਂ ਨੂੰ ਉਹਨੇ ਥੋੜਾ ਜਿਹਾ ਪਾਇਆ ਹੈ ਬੇਸਿਕ ਜਿਹਾ ਆਪਾਂ ਦੇਖਦੇ ਆ ਜਿਵੇਂ ਇਨਸਾਨ ਦੀ ਇੰਟੈਲੀਜੈਂਸ ਹੈ ਓਮੀ ਅਸੀਂ ਚਾਹੁੰਦੇ ਆ ਕਿ ਮਸ਼ੀਨਾਂ ਵੀ ਸਾਡੇ ਵਾਂਗੂ ਇੰਟੈਲੀਜੈਂਟ ਹੋਣ ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਸੜਕ ਤੇ ਡਰਾਈਵ ਕਰ ਰਹੇ ਆਂ ਕਾਰਾਂ ਦੇ ਵਿੱਚ ਤੇ ਆਪਾਂ ਚਲਾ ਰਹੇ ਆਂ ਆਪਾਂ ਨੂੰ ਪਤਾ ਅੱਗੇ ਖੱਡਾ ਆ ਗਿਆ ਜਾਂ ਕੋਈ ਟ੍ਰੈਫਿਕ ਵਾਲਾ ਬੰਦਾ ਆ ਗਿਆ ਜਾਂ ਐਕਸੀਡੈਂਟ ਹੋ ਗਿਆ ਤਾਂ ਅਸੀਂ ਗੱਡੀ ਰੋਕ ਲੈਂਦੇ ਆਂ ਮਸ਼ੀਨਾਂ ਨਹੀਂ ਰੋਕਦੀਆਂ ਸੀ ਪਰ ਅੱਜ ਕੱਲ ਰੋਕ ਰਹੀਆਂ ਨੇ ਆਟੋਮੇਟਿਡ ਕਾਰ ਆ ਰਹੀਆਂ ਨੇ ਜਿਵੇਂ ਟੈਸਲਾ ਨੇ ਬੈਟਰੀ ਤੇ ਚੱਲਣੀਆਂ ਕਾਰਾਂ ਬਣਾਈਆਂ ਨੇ ਓਵੇਂ ਜਾਪਾਨ ਵਰਗੀਆਂ ਕੰਟਰੀਜ਼ ਨੇ ਜਿਹੜੀਆਂ ਆਟੋਮੇਟਿਡ ਕਾਰ ਆ ਰਹੀਆਂ ਉੱਥੇ ਉਹ ਕਿਵੇਂ ਕਰਦੇ ਨੇ ਉਹ ਤਾਂ ਉਹਨਾਂ ਨੇ ਕੀ ਕੀਤਾ 10 ਤੋਂ 15 ਲੱਖ ਟ੍ਰੇਨਿੰਗ ਸੈਂਪਲ ਲਏ ਜਿਦੇ ਵਿੱਚ ਉਹਨਾਂ ਨੇ ਲਿਆ ਵੀ ਜੇ ਐਕਸੀਡੈਂਟ ਆ ਜਾਏ ਤਾਂ ਕੀ ਕਰਨਾ ਹੈ ਬ੍ਰੇਕ ਲਾਉਣੇ ਨੇ ਜੇ ਖੱਡਾ ਆ ਜਾਏ ਜਾਂ ਕੁਝ ਮਿਸ ਹੈਪਨਿੰਗ ਹੋ ਜਾਏ ਤਾਂ ਕੀ ਕੀ ਕਰਨਾ ਹੈ ਉਹਨਾਂ ਨੇ ਓਵੇਂ ਦੀਆਂ ਟ੍ਰੇਨਿੰਗ ਐਗਜ਼ਾਮਪਲਾਂ ਲਈਆਂ ਉਹਨਾਂ ਦੇ ਹਿਸਾਬ ਤੇ ਕੀ ਕੀ ਐਕਸ਼ਨ ਲੈਣਾ ਹੈ ਉਹ ਵਿੱਚੀ ਮਸ਼ੀਨ ਨੂੰ ਦੇਤਾ ਮਸ਼ੀਨ ਨੂੰ ਲਰਨ ਕਰਾ ਲਿਆ ਫਿਰ ਟੈਸਟਿੰਗ ਦੇ ਲਈ ਐਗਜ਼ਾਮਪਲਾਂ ਦਿੱਤੀਆਂ ਵੀ ਸਾਰੇ ਵਾਲੇ ਸਿਨੈਰੀਓ ਦਿੱਤੇ ਫਿਰ ਚੈੱਕ ਕੀਤਾ ਕੀ ਮਸ਼ੀਨ ਕਿਵੇਂ ਬਿਹੇਵ ਕਰਦੀ ਹੈ ਜੇ ਮਸ਼ੀਨ ਵਧੀਆ ਬਿਹੇਵ ਨਹੀਂ ਕਰਦੀ ਤਾਂ ਉਹਨਾਂ ਨੇ ਟ੍ਰੇਨਿੰਗ ਸੈਂਪਲ ਵਧਾਏ 10 ਲੱਖ ਦੀ ਥਾਂ ਤੇ 20 ਲੱਖ 50 ਲੱਖ ਕੀਤੇ ਤੇ ਜਿੰਨੇ ਟ੍ਰੇਨਿੰਗ ਸੈਂਪਲ ਆਪਾਂ ਦੇਵਾਂਗੇ ਉੰਨੀ ਵਧੀਆ ਲਰਨਿੰਗ ਜਿਵੇਂ ਆਪਾਂ ਛੋਟੇ ਬੱਚਾ ਕਿਵੇਂ ਲਰਨ ਕਰਦਾ ਆਪਾਂ ਨੂੰ ਲੈ ਕੇ ਜਾਂਦੇ ਆ ਰਸਤੇ ਦੇ ਵਿੱਚ ਜੇਕਰ ਵੱਡਾ ਸਾਰਾ ਗੈਸ ਵਾਲਾ ਟਰੱਕ ਆ ਜੇ ਆਪਾਂ ਬੱਚਾ ਪੁੱਛਦਾ ਆਪਾਂ ਨੂੰ ਵੀ ਕੀ ਆਪਾਂ ਕਹਦੇ ਨੇ ਜੀ ਟਰੱਕ ਤੇ ਜੇ ਦੂਜਾ ਨੋਰਮਲ ਟਰੱਕ ਆ ਜੇ ਆਪਾਂ ਉਹਨੂੰ ਵੀ ਕਹਦੇ ਨੇ ਟਰੱਕ ਫਿਰ ਬੱਚੇ ਦਿਮਾਗ ਦੇ ਵਿੱਚ ਆਉਂਦਾ ਵੀ ਯਾਰ ਦੋਨੇ ਟਰੱਕ ਕਿਵੇਂ ਹੋ ਗਏ ਫਿਰ ਆਪਾਂ ਕਹਿੰਦੇ ਆ ਵੱਡਾ ਹੈ ਜਿਹੜਾ ਕੈਪਸੂਲ ਗੈਸ ਵਾਲਾ ਟਰੱਕ ਦੂਜਾ ਹੈ ਉਹ ਵਾਲਾ ਟਰੱਕ ਕਈ ਵਾਰੀ ਤੁਹਾਨੂੰ ਯਾਦ ਹੋਵੇ ਮੈਨੂੰ ਯਾਦ ਆ ਬਚਪਨ ਦੇ ਵਿੱਚ ਆਪਣੇ ਨਾ ਰਾਜਸਥਾਨ ਤੋਂ ਟਰੱਕ ਆਏ ਸੀ ਪਿੰਡ ਦੇ ਵਿੱਚ ਉਹ ਟੁੜੀ ਚੱਕਣ ਵਾਲੇ ਸੀਗੇ ਸੋ ਰਾਜਸਥਾਨ ਦੇ ਵਿੱਚ ਟਰੱਕਾਂ ਦੀ ਸ਼ੇਪ ਹੋਰ ਟਾਈਪ ਦੀ ਸੀ ਤੇ ਸਾਨੂੰ ਅਸੀਂ ਕਿਸੇ ਨੂੰ ਪੁੱਛਿਆ ਵੀ ਇਹ ਟਰੱਕ ਕਿਵੇਂ ਦੇ ਦੇਖ ਦੇਖ ਹੀ ਹਨਾਨ ਹੋਈ ਗਏ ਜਿਵੇਂ ਤੁਸੀਂ ਇੱਧਰ ਗਏ ਹੋਗੇ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਬੱਸਾਂ ਦੀ ਸ਼ੇਪ ਹੋ ਰਹੀ ਆ ਪਾਕਿਸਤਾਨ ਦੇ ਵਿੱਚ ਜਿਵੇਂ ਹੋਰੀ ਮੂੰਹ ਜਾਂ ਨੱਕ ਜਿਹਾ ਲੱਗਿਆ ਹੁੰਦਾ ਟਰੱਕਾਂ ਬੱਸਾਂ ਤੇ ਹਨਾ ਸੋ ਉਹੋ ਜੀ ਸ਼ੇਪ ਸੀ ਤੇ ਸਾਨੂੰ ਕਿਸੇ ਨੇ ਕਹਿਤਾ ਵੀ ਇਹ ਤਾਂ ਪਹਾੜੀ ਟਰੱਕ ਆ ਤੇ ਸਾਡੇ ਦਿਮਾਗ ਚ ਬੈਠ ਗਿਆ ਵੀ ਇਹ ਪਹਾੜੀ ਟਰੱਕ ਐਵੇਂ ਦੇ ਹੁੰਦੇ ਨੇ ਜਿਵੇਂ ਪਹਾੜੀ ਮਿਰਚਾਂ ਵਰਤਦੇ ਆਪਾਂ ਹਨਾ ਸੋ ਬੱਚਾ ਲਰਨ ਕਰ ਰਿਹਾ ਜਿੰਨੀਆਂ ਜ਼ਿਆਦਾ ਉਹਨੂੰ ਚੀਜ਼ਾਂ ਦੱਸਦੇ ਆ ਉਹ ਲਰਨ ਕਰ ਹੀ ਜਾਂਦਾ ਹੈ ਕਈ ਵਾਰੀ ਫਿਰ ਬੱਚਾ ਆਪ ਹੀ ਦੱਸ ਦਿੰਦਾ ਵੀ ਇਹ ਤਾਂ ਟਰੱਕ ਆ ਉਹ ਕਿਵੇਂ ਲਰਨ ਕਰ ਗਿਆ ਉਹਨੂੰ ਐਗਜ਼ਾਮਪਲਾਂ ਹੀ ਦਿੱਤੀਆਂ ਹਨਾ ਆਪਾਂ ਉੱਥੇ ਅਸੀਂ ਇਹ ਤਾਂ ਨਹੀਂ ਦੱਸਿਆ ਸੀ ਵੀ ਟਰੱਕ ਹੈ ਪਹਿਲਾਂ ਉਹਨੂੰ ਐਗਜ਼ਾਮਪਲਾਂ ਦਿੱਤੀਆਂ ਫਿਰ ਉਹਨੂੰ ਪੁੱਛ ਲਿਆ ਵੀ ਇਹ ਕੀ ਚੀਜ਼ ਹੈ ABC ਦੇ ਵਿੱਚ ਵੀ ਹੁੰਦਾ A ਫੋਰ ਐਪਲ ਬੱਚੇ ਨੂੰ ਆਪਰ ਲਰਨਿੰਗ ਕਰਾਉਨੇ ਆ ਪਹਿਲਾਂ ਟ੍ਰੇਨਿੰਗ ਹੁੰਦੀ ਹੈ ਜਦੋਂ ਪੇਪਰ ਲੈ ਲੈਂਦੇ ਆ ਫਿਰ ਟੈਸਟਿੰਗ ਹੁੰਦੀ ਹੈ ਹਨਾ ਸੋ ਟ੍ਰੇਨਿੰਗ ਤੇ ਟੈਸਟਿੰਗ ਨੇ ਜਿਹੜੀਆਂ ਦੋ ਟੈਕਨੀਕਸ ਆਉਂਦੀਆਂ ਨੇ ਮਸ਼ੀਨ ਲਰਨਿੰਗ ਦੇ ਵਿੱਚ ਟ੍ਰੇਨਿੰਗ ਐਂਡ ਟੈਸਟਿੰਗ ਤਾਂ ਉਹਨੇ ਇਹ ਕੁਐਸਚਨ ਪੁੱਛਿਆ ਗਿਆ ਮਸ਼ੀਨ ਮਸ਼ੀਨ ਲਰਨਿੰਗ ਦੇ ਵਿੱਚ ਉਹ ਸਿਸਟਮ ਨੂੰ ਟੈਸਟ ਕਰਨ ਉਹ ਸਿਸਟਮ ਨੂੰ ਚੈੱਕ ਕਰਨ ਦੀਆਂ ਕੈਪੇਬਿਲਿਟੀ ਆਪਾਂ ਕਾਹਦੇ ਨਾਲ ਚੈੱਕ ਕਰਦੇ ਹਾਂ ਟੈਸਟਿੰਗ ਦੇ ਨਾਲ ਜਦੋਂ ਟ੍ਰੇਨਿੰਗ ਤੇ ਟੈਸਟਿੰਗ ਮਸ਼ੀਨ ਲਰਨਿੰਗ ਦਾ ਪਾਰਟ ਨੇ ਮਸ਼ੀਨ ਲਰਨ ਕਰ ਜਾਂਦੀ ਹੈ ਉਹਦੇ ਵਿੱਚ AI ਹੈ AI ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਨੂੰ ਅਸੀਂ ਕੀ ਬਣਾਉਣਾ ਕਿ ਆਪਣੇ ਆਪ ਉਹ ਡਿਸੀਜਨ 메ਕਿੰਗ ਲੈ ਸਕੇ ਡਾਟਾ ਮਾਈਨਿੰਗ ਦਾ ਮਤਲਬ ਹੁੰਦਾ ਹੈ ਮੀਨਿੰਗਫੁਲ ਡਾਟਾ ਕੱਢਣਾ ਜਿਵੇਂ Amazon ਕੋਲੇ ਬਹੁਤ ਸਾਰਾ ਡਾਟਾ ਇਕੱਠਾ ਹੁੰਦਾ ਹੈ Flipkart ਕੋਲੇ ਬਹੁਤ ਸਾਰਾ ਡਾਟਾ ਇਕੱਠਾ ਹੁੰਦਾ ਹੈ ਗੂਗਲ ਦੇ ਵਿੱਚ ਅਸੀਂ ਸਰਚ ਮਾਰਦੇ ਆ ਬਹੁਤ ਸਾਰਾ ਡਾਟਾ ਇਕੱਠਾ ਹੁੰਦਾ ਐ Amazon ਨੇ ਕੀ ਕਰਨਾ ਐ ਉਹ ਸਾਡੇ ਸਾ ਜਿੰਨਾ ਵੀ ਡਾਟਾ ਇਕੱਠਾ ਹੋਇਆ ਉਹ ਡਾਟਾ ਨੂੰ ਕੀ ਕਰਨਾ ਐ ਐਨਲਾਈਜ਼ ਕਰਨਾ ਜਾਂ ਵੱਡੇ ਵੱਡੇ ਸੌਫਟਵੇਅਰ ਵਰਤਨੇ ਨੇ ਜਿਵੇਂ ਹਡੂਪ H A D W P ਹਡੂਪ ਇੱਕ ਸੌਫਟਵੇਅਰ ਐ ਓਪਨ ਸੋਰਸ ਸੌਫਟਵੇਅਰ ਐ ਜਿਹੜਾ ਡਾਟਾ ਮਾਈਨਿੰਗ ਦੇ ਲਈ ਵਰਤਿਆ ਜਾਂਦਾ ਡੇਟਾ ਨੂੰ ਐਨਲਿਸਿਸ ਕਰਨ ਦੇ ਲਈ ਵਰਤਿਆ ਜਾਂਦਾ ਹੁਣ ਡਾਟਾ ਹੈ ਡਾਟਾ ਦੇ ਵਿੱਚੋਂ ਇਨਫੋਰਮੇਸ਼ਨ ਕੱਢ ਲੈਣੀ ਕਿ ਦਸੰਬਰ ਦੇ ਮਹੀਨੇ ਦੇ ਵਿੱਚ Amazon ਦੇ ਵਿੱਚ ਉਹ ਸਭ ਤੋਂ ਜ਼ਿਆਦਾ ਕਿਹੜੀ ਸੇਲ ਹੁੰਦੀ ਆ ਉਹ ਕੀ ਹੈ ਕੰਪਨੀ ਦੇ ਲਈ ਕੰਮ ਆਊਗਾ ਨਾ ਉਹੀ ਇਨਫੋਰਮੇਸ਼ਨ ਨੂੰ ਵਰਤ ਕੇ ਉਹ ਦਸੰਬਰ ਦੇ ਵਿੱਚ ਜ਼ਿਆਦਾ ਸੇਲ ਲਗਾ ਸਕਦੇ ਨੇ ਹੁਣ ਮੰਨ ਲਓ ਆਪਾਂ ਤੁਸੀਂ ਰੈਸਟੋਰੈਂਟ ਖੋਲਿਆ ਤੁਸੀਂ ਇਸ ਚੀਜ਼ ਦਾ ਐਨਾਲਿਸਿਸ ਹੀ ਨਹੀਂ ਕਰ ਰਹੇ ਵੀ ਕਿਹੜੇ ਮਹੀਨੇ ਕਿਹੜੀ ਡਿਮਾਂਡ ਆ ਤਾਂ ਫਿਰ ਕੰਮ ਥੋੜੀ ਚੱਲੂਗਾ ਤਾਂ ਉਸ ਚੀਜ਼ ਨੂੰ ਅਸੀਂ ਸੌਫਟਵੇਅਰ ਦੇ ਨਾਲ ਆਟੋਮੇਟ ਕਰ ਸਕਦੇ ਆ ਅੱਜ ਕੱਲ ਜਿਵੇਂ ਬੜਾ ਆਪਣੇ ਤਾਂ ਲੋਕਾਂ ਨੂੰ ਪਤਾ ਨਹੀਂ ਜਿੰਨਾ ਵੀ ਤੁਹਾਡਾ ਕੰਮ ਹੈ ਇਸ ਦੇ ਵਿੱਚ ਸੌਫਟਵੇਅਰ ਬਣਾ ਸਕਦੇ ਆ ਪਰ ਜਿੰਨੇ ਤੁਹਾਡੇ ਸੇਲ ਲੈਂਡ ਪਰਚੇਜ ਦਾ ਕੰਮ ਹੈ ਉਹ ਐਂਟਰੀਆਂ ਨੂੰ ਤੁਸੀਂ ਕੀ ਕਰੋ ਕੰਪਿਊਟਰ ਦੇ ਵਿੱਚ ਐਂਟਰੀਆਂ ਕਰਾਈ ਜੋ ਉਹਦੇ ਤੁਸੀਂ ਮਸ਼ੀਨ ਲਰਨਿੰਗ ਲਾ ਕੇ ਪ੍ਰਡਿਕਟ ਕਰ ਸਕਦੇ ਹੋ ਵੀ ਨਵੰਬਰ ਦੇ ਮਹੀਨੇ ਚ ਕਿਹੜੀ ਸੇਲ ਹੋਊਗੀ ਪੁਰਾਣੇ ਡੇਟਾ ਤੋਂ ਠੀਕ ਹੈ ਇਹ ਮਸ਼ੀਨ ਲਰਨਿੰਗ ਦਾ ਕੰਮ ਹੈ ਡਾਟਾ ਮਾਈਨਿੰਗ ਨੇ ਕੀ ਕੱਢਣਾ मीनिंगफुल ਇਨਫੋਰਮੇਸ਼ਨ ਕੱਢਣੀ ਪ੍ਰੋਸੈਸਿੰਗ ਆਫ ਡਾਟਾ ਟੂ ਫਾਈਂਡ ਆਊਟ ਦੀ मीनिंगफुल ਇਨਫੋਰਮੇਸ਼ਨ ਇਜ਼ ਨੋਨ ਐਸ ਡਾਟਾ ਮਾਈਨਿੰਗ ਕਲਾਸੀਫਿਕੇਸ਼ਨ ਹੁੰਦੀ ਹੈ ਇਹ ਦੱਸਣਾ ਬੀ ਇਹ ਕੀ ਪ੍ਰੋਬਲਮ ਹੈ ਜਿਵੇਂ ਅਸੀਂ ਬਹੁਤ ਸਾਰੀਆਂ ਫੋਟੋਆਂ ਦੇਈਏ ਤੇ ਮਸ਼ੀਨ ਦੱਸ ਦੇ ਵੀ ਇਹ ਡੌਗ ਹੈ ਕੈਟ ਹੈ ਤੇ ਉਹ ਕਲਾਸੀਫਿਕੇਸ਼ਨ ਹੋ ਗਈ ਨਿਊਰੋਲ ਨੈਟਵਰਕ ਹੋ ਗਿਆ ਇੱਕ ਤੋਂ ਜ਼ਿਆਦਾ ਲੇਅਰਸ ਯੂਜ਼ ਕਰਨੀਆਂ ਮਸ਼ੀਨ ਲਰਨਿੰਗ ਦੀਆਂ ਉਹਨੂੰ ਨਿਊਰੋਲ ਨੈਟਵਰਕ ਬੋਲਦੇ ਆ ਜਿਵੇਂ ਆ ਐਗਜ਼ਾਮਪਲ ਹੈ ਇੱਥੇ ਆਪਾਂ ਡੌਗ ਦੀਆਂ ਐਗਜ਼ਾਮਪਲ ਦਿੱਤੀਆਂ ਨੇ ਸੌਰੀ ਪਹਿਲਾਂ ਆ ਦੇਖੋ ਆ ਟ੍ਰੇਨ ਹੋ ਰਿਹਾ ਪਹਿਲਾਂ ਟ੍ਰੇਨਿੰਗ ਹੋ ਰਹੀ ਆ ਇੱਥੇ ਗਲਤ ਲਿਖਿਆ ਟ੍ਰੇਨਿੰਗ ਹੈ ਇਹ ਟੈਸਟਿੰਗ ਨਹੀਂ ਟ੍ਰੇਨਿੰਗ ਆਪਾਂ ਐਗਜ਼ਾਮਪਲ ਦੇ ਰਹੇ ਆ ਮਸ਼ੀਨ ਲਰਨ ਕਰ ਰਹੀ ਹੈ ਠੀਕ ਹੈ ਲਰਨ ਕਰੀ ਜਾਂਦੇ ਸਿੱਖੀ ਜਾਂ ਉਹਦਾ ਲੇਬਲ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਇਹ ਟੈਸਟਿੰਗ ਹੈ ਆਪਾਂ ਇਹ ਇਮੇਜ ਦਿੱਤੀ ਇਨਪੁਟ ਲੇਅਰ ਹਿਡਨ ਲੇਅਰ ਤੇ ਆਉਟਪੁਟ ਲੇਅਰ ਇਹ ਸਾਰਾ ਨਿਊਰਲ ਨੈਟਵਰਕ ਦਾ ਕੰਮ ਹੈ ਜੇ ਹਿਡਨ ਲੇਅਰ ਨਹੀਂ ਲੱਗੀ ਹੋਈ ਫਿਰ ਤਾਂ ਹੈਗੀ ਹੈ ਮਸ਼ੀਨ ਲਰਨਿੰਗ ਜੇ ਹਿਡਨ ਲੇਅਰਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਫਿਰ ਹੈਗੀ ਹੈ ਡੀਪ ਲਰਨਿੰਗ ਡੀਪ ਲਰਨਿੰਗ ਦਾ ਮਤਲਬ ਜ਼ਿਆਦਾ ਡਿਟੇਲ ਦੇ ਵਿੱਚ ਸਮਝਾਉਣਾ ਜਾਂ ਜ਼ਿਆਦਾ ਡਿਟੇਲ ਦੇ ਉਹਨਾਂ ਮਸ਼ੀਨ ਨੂੰ ਪੜਾਉਣਾ ਤੇ ਇਹ ਵਾਲੀ ਪ੍ਰੋਸੈਸ ਨੂੰ ਆਪਾਂ ਬੋਲਦੇ ਨੇ ਟੈਸਟਿੰਗ ਥੋੜੇ ਜਿਲੇ ਲੇਬਲ ਉਲਟੇ ਲੱਗੇ ਆ ਮੇਰੇ ਤੋਂ ਠੀਕ ਆ ਤਾਂ ਇਹ ਤੁਹਾਨੂੰ ਕਲੀਅਰ ਹੋ ਗਿਆ ਉਹਨਾ ਮਸ਼ੀਨ ਲਰਨਿੰਗ ਕੰਪਿਊਟਰ ਨੂੰ ਸਮਝਾਉਣਾ ਬਾਏ ਯੂਜ਼ਿੰਗ ਟ੍ਰੇਨਿੰਗ ਤੇ ਟੈਸਟਿੰਗ ਡੀਪ ਲਰਨਿੰਗ ਹੋ ਗਿਆ ਮਸ਼ੀਨ ਲਰਨਿੰਗ ਦਾ ਹੀ ਪਾਰਟ ਹੈ ਜੇ ਲੇਅਰ ਜ਼ਿਆਦਾ ਲਗਾ ਦਾਂਗੇ ਜਿਵੇਂ ਬੱਚੇ ਨੂੰ ਆਪਾਂ ਤਾਂ ਖੇਡ ਜੰਨੇ ਨਾ ਕਈ ਵਾਰੀ ਵੀ ਐਵੇਂ ਹੀ ਕਰਨ ਖਾਈ ਜੰਨੇ ਯਾਰ ਦੋ ਵਾਰੀ ਵਾਰੀ ਜੇ ਆਪਾਂ ਬੱਚੇ ਨੂੰ ਛੋਟੇ ਬੱਚੇ ਨੂੰ ਸਪੈਸੀਫਿਕਲੀ ਵੱਖ-ਵੱਖ ਜਗ੍ਹਾ ਤੇ ਲਾ ਕੇ ਜਾ ਕੇ ਸਿਖਾਵਾਂਗੇ ਤਾਂ ਉਹ ਹੋਗੀ ਡੀਪ ਲਰਨਿੰਗ ਆਪਣੇ ਤਾਂ ਪੇਰੈਂਟਸ ਕਿ ਆਪਾਂ ਨੂੰ ਤਾਂ ਕੁਝ ਵੀ ਨਹੀਂ ਸਿਖਾਇਆ ਗਿਆ ਆਪਣੇ ਤਾਂ ਦੋ ਮਾਰ ਦੇ ਥੱਪੜ ਕਿਉਂਕਿ ਉਹਨਾਂ ਘਨ ਖਾਧਿਆ ਬੈਠੇ ਨਹੀਂ ਡਿੱਕੇ ਤੇ ਜੇ ਤੁਸੀਂ ਬੱਚੇ ਨੂੰ ਮੈਨੂੰ ਇਹ ਲੱਗਦਾ ਹੈ ਪਰਸਨਲੀ ਵੀ ਛੋਟੇ ਬੱਚੇ ਨੂੰ ਤੁਸੀਂ ਜ਼ਿਆਦਾ ਸਿਖਾਓ ਸਪੈਸਿਫਿਕਲੀ ਘੰਟਾ ਦੋ ਘੰਟੇ ਤੁਸੀਂ ਕੱਢੋ ਉਹਨੂੰ ਵੱਖਰੀਆਂ ਥਾਵਾਂ ਤੇ ਲੈ ਕੇ ਜਾਓ ਜੋ ਉਹ ਪੁੱਛਦਾ ਨੂੰ ਸਹੀ ਦੱਸੋ ਇੱਕ ਬੱਚੇ ਨੂੰ ਡਰਾਉਣਾ ਨਹੀਂ ਚਾਹੀਦਾ ਕਦੇ ਵੀ ਆਪਾਂ ਡਰਾ ਦਨੇ ਆ ਭੂਤ ਆਈਏ ਆ ਬੋ ਹੈ ਜੇ ਛੋਟੇ ਬੱਚੇ ਦੇ ਮਨ ਦੇ ਵਿੱਚ ਅਸੀਂ ਡਰ ਉਠਾ ਆ ਦਨੇ ਆ ਤਾਂ ਉਹ ਡਰਦਾ ਹੀ ਰਹਿੰਦਾ ساری ਉਮਰ ਤਾਂ ਡਰ ਮੈਨੂੰ ਲੱਗਦਾ ਕਦੇ ਵੀ ਨਹੀਂ ਪਾਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਬੱਚਾ ਹੈ ਜਿਹੜਾ ਕੋਰਾ ਕਾਗਜ਼ ਹੁੰਦਾ ਹੈ ਛੋਟਾ ਉਹਨੂੰ ਵਧੀਆ ਚੀਜ਼ਾਂ ਸਿਖਾਓ ਉਹਨੂੰ ਕੀਨ ਇੰਟਰਸਟ ਉਹਦਾ ਜਿਆਦਾ ਸਿੱਖਣ ਦੇ ਵਿੱਚ ਇੰਟਰਸਟ ਹੋਵੇ ਤਾਂ ਕਦੇ ਬੱਚੇ ਤੇ ਖਿਜੋ ਨਾ ਵੀ ਇਹ ਪੁੱਛ ਰਿਹਾ ਉਹਨੂੰ ਐਕਸਪਲੇਨ ਕਰੋ ਡਿਟੇਲ ਦੇ ਵਿੱਚ ਵੀ ਹਾਂ ਆਹਾ ਹਾਂ ਚੀਜ਼ਾਂ ਆਏ ਹੁੰਦੀਆਂ ਨੇ ਤੇ ਉਹ ਵਾਲੀ ਥੋੜੀ 3-4 ਸਾਲ ਦੀ ਮਿਹਨਤ ਹੈ ਜਿਹੜੀ ਉਹ ਰੰਗ ਲਿਆਊਗੀ ਤੇ ਬੱਚਾ ਬਹੁਤ ਜਿਆਦਾ ਸ਼ਾਰਪ ਹੋਊਗਾ ਤਾਂ ਜਦੋਂ ਅਸੀਂ ਛੋਟੇ ਹੁੰਨੇ ਆ ਬੱਚਾ ਲਰਨ ਕਰ ਰਿਹਾ ਉਦੋਂ ਸੀ ਧਿਆਨ ਨਹੀਂ ਦਿੰਦੇ ਜਦੋਂ ਅਸੀਂ ਬੱਚੇ ਨੂੰ ਸਕੂਲ 'ਚ ਪਾ ਦਿੰਨੇ ਆ ਉਦੋਂ ਅਸੀਂ ਚਾਹੁੰਦੇ ਆ ਵੀ ਸਾਡਾ ਬੱਚਾ ਫਰਸਟ ਆਵੇ ਸਾਡੀ ਜਿਦ ਦੇ ਤੇ ਚੀਜ਼ ਨਾਲ ਜੁੜੀ ਇਸ ਗਲਤ ਹੈ ਨਾ ਟ੍ਰੇਨਿੰਗ ਦਾ ਅਹਿਸਾਸ ਹੀ ਵੀ ਜੋ ਅਸੀਂ ਕੋਣੋ ਸਕੂਲ ਵਾਲੇ ਨਹੀਂ ਸਿਖਾ ਸਕਦੇ ਹਨ ਜੋ ਸਕੂਲ ਵਾਲੇ ਨਹੀਂ ਸਿਖਾਉਣਾ ਉਹ ਸਾਡੇ ਕੋਲੇ ਸਿਖਾਉਣ ਦਾ ਟਾਈਮ ਨਹੀਂ ਸਿਖਾਤਾ ਸਕਦੇ ਅਸੀਂ ਸਾਡੇ ਕੋਲੇ ਟਾਈਮ ਨਹੀਂ ਤਾਂ ਜੇ ਤੁਸੀਂ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਹੀ ਇੰਟੈਲੀਜੈਂਟ ਬਣਾਉਣਾ ਚਾਹੁੰਦੇ ਹੋ ਤਾਂ ਉਹਨੂੰ ਵੱਖਰ ਵੱਖਰੀਆਂ ਚੀਜ਼ਾਂ ਉਹਨੂੰ ਟ੍ਰਿਪ ਤੇ ਲੈ ਕੇ ਜਾਓ ਉਹਦਾ ਦਿਮਾਗ ਖੋਲੋ ਉਹਦਾ ਵਿਜ਼ਨ ਵੱਡਾ ਬਣਾ ਠੀਕ ਹੈ ਸੋ ਮੈਨੂੰ ਲੱਗਦਾ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਪਤਾ ਹੈ ਤੁਹਾਨੂੰ ਆ ਇਹਦੇ ਵਿੱਚ ਇੱਕ ਟਰਮ ਵਰਤੀ ਜਾਂਦੀ ਹੁੰਦੀ ਹੈ ਆਈਓਟੀ ਆਈਓਟੀ ਹੁੰਦਾ ਇੰਟਰਨੈਟ ਆਫ ਥਿੰਗਸ ਤਾਂ ਇਹਦੇ ਵਿੱਚ ਵੀ ਕੀ ਹੋ ਰਿਹਾ ਅੱਜਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਾਰਟ ਕੀਤਾ ਜਾ ਰਿਹਾ ਜਿਵੇਂ ਟੀਵੀ ਹੋ ਗਿਆ ਫਰਿੱਜ ਹੋ ਗਿਆ ਰੈਫਰਿਜਰੇਟਰ ਗੈਸ ਘਰੇ ਆਪਣੇ ਏਸੀ ਲੱਗਿਆ ਹੁੰਦਾ ਉਹਨਾਂ ਨੂੰ ਇੰਟਰਨੈਟ ਨਾਲ ਜੋੜ ਕੇ ਜਿਵੇਂ ਲਾਈਟਾਂ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਕਿਸੇ ਵੱਡੇ ਮਾਲ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਵਾਸ਼ਰੂਮ 'ਚ ਜਾਂਦੇ ਹੋ ਤਾਂ ਲਾਈਟ ਔਨ ਹੋ ਜਾਂਦੀ ਹੈ ਜਦੋਂ ਉੱਥੇ ਕੋਈ ਬੰਦਾ ਨਹੀਂ ਹੁੰਦਾ ਲਾਈਟ ਆਫ ਹੋ ਜਾਂਦੀ ਹੈ ਤਾਂ ਇਹ ਕੀ ਹੈ ਆਈਓਟੀ ਇੰਟਰਨੈਨੈਟ ਆਫ ਥਿੰਗਸ ਬਾਏ ਯੂਜ਼ਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਫਰਿੱਜ ਹੈ ਆਪਾਂ ਬਾਹਰ ਬੈਠੇ ਫਰਿੱਜ ਨੂੰ ਕੰਟਰੋਲ ਕਰ ਸਕਦੇ ਹਾਂ ਰੈਫਰਿਜਰੇਟਰ ਉਹਦੇ ਨਾਲ ਏਸੀ ਆਪਾਂ ਬਾਹਰੋਂ ਆਨ ਆਫ ਕਰ ਸਕਦੇ ਆਪਾਂ ਘਰ ਛੱਟ ਬੰਦ ਕਰਕੇ ਚਲੇਗੇ ਕਾਲੀ ਚ ਬਾਅਦ ਚੈੱਕ ਕਰ ਸਕਦੇ ਆ ਵੀ ਗੈਸ ਚੱਲ ਰਿਹਾ ਹੈ ਕਿ ਨਹੀਂ ਇਹ ਆਉਣ ਵਾਲੇ ਸਮੇਂ ਚ ਹੋਣਾ ਹੈ ਆਉਣ ਵਾਲੇ 10 15 ਸਾਲਾਂ ਚ ਇਹੀ ਚੀਜ਼ਾਂ ਹੋਣੀਆਂ ਨੇ ਸਮਾਰਟ ਸਿਟੀਜ਼ ਦੇ ਵਿੱਚ ਹੋ ਚੁੱਕਿਆ ਆਪਣੀ ਇੰਡੀਆ ਦੇ ਵਿੱਚ ਨਹੀਂ ਜਿਹੜੀਆਂ ਅਸਲ ਦੇ ਵਿੱਚ ਜਪਾਨੀਜ਼ ਜਪਾਨ ਵਰਗੇ ਦੇਸ਼ ਨੇ ਉਹ ਇਹ ਚੀਜ਼ਾਂ ਤੇ ਕੰਮ ਕਰ ਰਹੇ ਨੇ ਉੱਥੇ ਕੀ ਵਰਤਿਆ ਜਾ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੰਟਰਨੈਟ ਆਫ ਥਿੰਗਸ ਇੰਟਰਨੈਟ ਆਫ ਥਿੰਗਸ ਦੇ ਵਿੱਚ ਜਿਹੜੀ ਟੈਕਨੋਲੋਜੀ ਉਹ ਵਰਤੀ ਜਾਂਦੀ ਹੈ ਜਿਗਬੀ ਇਹ ਵੀ ਯਾਦ ਰੱਖਿਓ ਜਿਗਬੀ ਠੀਕ ਹੈ ਜ ਆਪਣੇ ਕੋਲੇ ਵਾਈਫਾਈ ਹੈ 블루ਟੁੱਥ ਹੈ ਜੈਡ ਵੇਵ ਹੈ ਇਹ ਜਿਆਦਾ ਪਾਵਰ ਕੰਜ਼ੂਮ ਕਰਦੇ ਨੇ ਤੇ ਦੀ ਰੇਂਜ ਵੀ ਘਟਾ ਤੇ ਕੁਛ ਨੂੰ ਨੇ ਪੁੱਛਿਆ ਹੋਇਆ ਕਿ ਆਈਓਟੀ ਦੀ ਇੱਕ ਐਬ੍ਰੀਵੀਏਸ਼ਨ ਪੁੱਛ ਸਕਦਾ ਇੱਕ ਉਹ ਨੇ ਇਹ ਪੁੱਛਿਆ ਵੀ ਆਈਓਟੀ ਦੇ ਵਿੱਚ ਲੋ ਪਾਵਰ ਡਿਵਾਈਸ ਕਿਹੜਾ ਵਰਤਿਆ ਜਾਂਦਾ ਜਿਗਬੀ ਵਰਤਿਆ ਜਾਂਦਾ ਠੀਕ ਹੈ ਸੋ ਯੂਜੀਸੀ ਵਾਲਿਆਂ ਨੂੰ ਤਾਂ ਮੈਂ ਡਿਟੇਲ ਦੇ ਵਿੱਚ ਕਰਾਇਆ ਇਹ ਪਰ ਆਪਾਂ ਨੂੰ ਹਜੇ ਇੰਨਾ ਕੀ ਕੁਐਸਚਨ ਪੁੱਛਿਆ ਗਿਆ ਤੁਸੀਂ ਕਰ ਸਕਦੇ ਹੋ ਜਿਵੇਂ ਹੋਰ ਤੁਹਾਨੂੰ ਮੈਂ ਦੱਸ ਸਕਦਾ ਵੀ ਆ ਆਟੋਮੇਟ ਦਾ ਥੋੜਾ ਜਿਹਾ ਦੱਸ ਦਿੰਨਾ ਵੀ ਰੈਫਰਿਜਰੇਟਰ ਦੇ ਵਿੱਚ ਕਿਵੇਂ ਆਈਓਟੀ ਲੱਗੂਗਾ ਤੁਸੀਂ ਫ੍ਰਿਜ ਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਆ ਜਦੋਂ ਆਪਾਂ ਆਪਣੇ ਪੈਸੇ ਮੁੱਕ ਜਾਂਦੇ ਨੇ ਆਪਾਂ ਨੂੰ ਮੈਸੇਜ ਆ ਜਾਂਦਾ ਨਾ ਚੀਜ਼ਾਂ ਨੂੰ ਆਟੋਮੇਟ ਕਰ ਸਕਦੇ ਆ ਜਾਂ ਆਪਾਂ ਬਿੱਲ ਆਟੋਮੈਟਿਕਲੀ ਪੇ ਕਰਦੇ ਆ ਵੀ ਸਾਡੇ ਖਾਤੇ ਦੇ ਵਿੱਚੋਂ ਹਰ ਮਹੀਨੇ ਬਿੱਲ ਕੱਟਿਆ ਜਾਵੇ ਨੈਟਫਲਿਕਸ ਦਾ ਜਾਂ ਕੋਈ ਹੋਰ ਆਨਲਾਈਨ ਆਪਾਂ ਸਬਸਕ੍ਰਿਪਸ਼ਨ ਲਈ ਹੁੰਦੀ ਹੈ ਉਵੇਂ ਹੀ ਆਪਾਂ ਚੀਜ਼ਾਂ ਨੂੰ ਜਾਂ ਜਿਵੇਂ ਆਪਾਂ అలਾਰਮ ਲਾਉਂਦੇ ਆ ਸਵੇਰੇ అలਾਰਮ ਆਪਣੇ ਆਪ ਹੀ ਵੱਜ ਜਾਂਦਾ ਉਵੇਂ ਆਪਣੇ ਕੋਲੇ ਰੈਫਰਿਜਰੇਟਰ ਹੈ ਜਾਂ ਜਿਹੜਾ ਫ੍ਰਿਜ ਹੈ ਫ੍ਰਿਜ ਦੇ ਵਿੱਚ ਆਪਾਂ ਕਾਊਂਟ ਲਾਤਾ ਵੀ ਇਹ ਮੇਂ ਦੁੱਧ ਦੇ ਸਾਡੇ ਕੋਲੇ 5 ਪੈਕੇਟ ਚਾਹੀਦੇ ਨੇ ਜਦੋਂ 5 ਤੋਂ ਘਟ ਗਏ ਆਟੋਮੈਟਿਕਲੀ 베ਰਕਾ ਵਾਲਿਆਂ ਕੋਲੇ ਅਲਾਰਮ ਚੱਲ ਜੇ ਨੋਟੀਫਿਕੇਸ਼ਨ ਤੇ 베ਰਕਾ ਵਾਲੇ 5 ਦੁੱਧ ਦੇ ਪੈਕੇਟ ਜਾਂ 10 ਜਿੰਨੇ ਵੀ ਤੁਸੀਂ ਲਾਏ ਹੋਏ ਨੇ ਵੀ ਜਦੋਂ ਮੰਗਾਉਣੇ ਨੇ ਕਿੰਨੇ 10 10 ਪੈਕੇਟ ਜਾਂ 50 ਜਾਂ 20 ਜਾਂ 100 100 ਪੈਕੇਟ ਤੁਹਾਨੂੰ ਭੇਜਣ ਡਰੋਨ ਤੇ ਡਰੋਨ ਤੁਹਾਡੇ ਕੋਲੇ ਦਰਵਾਜ਼ੇ 'ਚ ਆ ਜਾਊਗਾ ਤੇ ਤੁਹਾਡੇ ਕੋਈ ਵੀ ਬੰਦਾ ਹੋਊਗਾ ਉਹ ਰੱਖ ਲੂਗਾ ਜਾਂ ਆਟੋਮੈਟਿਕਲੀ ਰੱਖ ਕੇ ਜੇ ਤੁਸੀਂ ਆਟੋਮੇਟ ਕਰਨਾ ਹੈ ਡਰੋਨ ਤੁਹਾਡੇ ਕੋਲੇ ਪੈਕੇਟ ਕਿੱਲੇ ਦੇ ਟੰਗ ਕੇ ਚਲ ਜੂਗਾ ਬਾਕਸ ਵਾਲਾ ਡਿਲੀਵਰੀ ਆਨਲਾਈਨ ਆਟੋਮੈਟਿਕ ਹੋ ਸਕਦੀ ਹੈ ਫਿਰ ਤੁਸੀਂ ਬਟਰ ਤੇ ਲਾਤਾ ਜੀ ਤੁਸੀਂ ਕਾਰਡ ਤੇ ਲਾਤਾ ਸਾਰੀਆਂ ਚੀਜ਼ਾਂ ਨੂੰ ਆਟੋਮੇਟ ਕਰ ਸਕਦੇ ਹੋ ਜਿੰਨੀਆਂ ਵੀ ਰੈਫਰਿਜਰੇਟਰ ਦੇ ਵਿੱਚ ਨੇ ਤਾਂ ਇਹ கான்ਸੈਪਟ ਹੈ ਆਈਓਟੀ ਦਾ ਇੰਟਰਨੈਟ ਆਫ ਥਿੰਗਸ ਦਾ ਤੁਸੀਂ ਖੇਤਾਂ ਦੇ ਵਿੱਚ ਸੈਂਸਰ ਲਾ ਸਕਦੇ ਹੋ ਉਹ ਸੈਂਸਰ ਚੈੱਕ ਕਰੂਗਾ ਕਿ ਹਿਊਮਿਡਿਟੀ ਕਿੰਨੀ ਹੈ ਕਿੰਨਾ ਉਹਨੂੰ ਪ੍ਰੈਸ਼ਰ ਚਾਹੀਦਾ ਕਿੰਨਾ ਉਹਨੂੰ ਪਾਣੀ ਚਾਹੀਦਾ ਕਿਹੜੇ ਫਰਟੀਲਾਈਜ਼ਰ ਚਾਹੀਦੇ ਨੇ ਸਾਰਾ ਕਨਸੈਪਟ ਕੀਦਾ ਹੈ ਆਈਓਟੀ ਦਾ ਇਹ ਬਹੁਤ ਥਾਮਾ ਤੇ ਆਪਣੀ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਇੰਪਲੀਮੈਂਟ ਹੋ ਚੁੱਕੀਆਂ ਨੇ ਇਹ ਸਾਰਾ ਸਾਰਾ ਕੰਮ ਕੀ ਦੇ ਅੰਡਰ ਆਉਂਦਾ ਏਆਈ ਦੇ ਅੰਡਰ ਆਉਂਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਵੇਂ ਅਸੀਂ ਗੂਗਲ ਦੇ ਵਿੱਚ ਸਰਚ ਮਾਰਦੇ ਆ ਯੂਟਿਊਬ ਦੇ ਵਿੱਚ ਵੀ ਬਸ ਸਰਚ ਮਾਰਦੇ ਆ ਤਾਂ ਉਹ ਸਰਚ ਬੇਸਿਸ ਤੇ ਸਾਨੂੰ ਸੁਜੈਸ਼ਨਾਂ ਦੇਈ ਜਾਂਦਾ ਉਹ ਕੀ ਹੈ ਏਆਈ ਹੈ ਜਿਵੇਂ ਦਾ ਅਸੀਂ ਕੰਟੈਂਟ ਸੁਣਾਵਾਂਗੇ ਉਹਵੇਂ ਦਾ ਕੰਟੈਂਟ ਮੂਰੇ ਆਉਂਦਾ ਉਹ ਸਾਰਾ ਕੀ ਦਾ ਕਮਾਲ ਹੈ ਏਆਈ ਦਾ ਸੋ ਆਈ ਥ ਪੜਨ ਦੇ ਵਿੱਚ ਵੀ ਹੈਲਪ ਕਰਦੀਆਂ ਨੇ ਸਾਡਾ ਇੰਟਰਸਟ ਬਣਦਾ ਤਾਂ ਮੈਂ ਤੁਹਾਨੂੰ ਕਰਾਈਆਂ ਨੇ ਤਾਂ ਡੀ ਅਨਸਰ ਹੈ ਅਗਲਾ ਕੁਐਸਚਨ ਸੀ ਬੇਸਿਕ ਕਬੋਲ ਐਂਡ ਜਾਵਾ ਆਰ ਐਗਜ਼ਾਮਪਲ ਆਫ ਲੈਂਗੁਏਜ ਕਿਹੜੀਆਂ ਲੈਂਗੁਏਜ ਦੀਆਂ ਐਗਜ਼ਾਮਪਲ ਨੇ ਕੀ ਹਾਈ ਲੈਵਲ ਨੇ ਕੰਪਿਊਟਰ ਦਾ ਨਹੀਂ ਹੈਗਾ ਲੋ ਲੈਵਲ ਵੀ ਨਹੀਂ ਹੈਗਾ ਸਿਸਟਮ ਪ੍ਰੋਗਰਾਮਿੰਗ ਵੀ ਨਹੀਂ ਤਾਂ ਇਹ ਹਾਈ ਲੈਵਲ ਲੈਂਗੁਏਜ ਨੇ ਠੀਕ ਹੈ ਮੈਂ ਕਰਾਂਗਾ ਹੀ ਹੋऊंगा ਨੇ ਸਾਰੀਆਂ ਤੁਹਾਨੂੰ ਆਲਰੇਡੀ ਅਗਲਾ ਹੈ ਕੰਪਾਈਲਰ ਇਜ਼ ਕੰਪਾਈਲਰ ਕੀ ਹੈ ਆਪਰੇਟਰ ਆਫ ਬੂਲੀਅਨ ਅਲਜਬਰਾ ਨਹੀਂ ਪਾਰਟ ਆਫ ਡਿਜੀਟਲ ਮਸ਼ੀਨ ਨਹੀਂ ਟ੍ਰਾਂਸਲੇਟ ਆਫ ਸੋਰਸ ਪ੍ਰੋਗਰਾਮ ਟੂ ਆਬਜੈਕਟ ਕੋਡ ਨੇਮ ਗਿਵਨ ਟੂ ਦਾ ਕੰਪਿਊਟਰ ਆਪਰੇਟਰ ਨਹੀਂ ਤਾਂ ਇਹਦਾ ਸੀ ਆਨਸਰ ਹੈ ਬਹੁਤ ਸੌਖਾ ਨਾ ਸੋਰਸ ਪ੍ਰੋਗਰਾਮ ਨੂੰ ਕਾਦੇ ਚ ਕਨਵਰਟ ਕਰਦਾ ਆਬਜੈਕਟ ਕੋਡ ਦੇ ਵਿੱਚ ਆਬਜੈਕਟ ਕੋਡ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਟਾਰਗੇਟ ਕੋਡ ਵੀ ਬੋਲਿਆ ਜਾਂਦਾ ਇਹਨੂੰ ਆਬਜੈਕਟ ਕੋਡ ਵੀ ਬੋਲਦੇ ਆਂਦੇ ਸੋਰਸ ਪ੍ਰੋਗਰਾਮ ਆਬਜੈਕਟ ਪ੍ਰੋਗਰਾਮ ਠੀਕ ਹੈ ਅਗਲਾ ਇਹ ਲੈਂਗੁਏਜ ਵਿਚ ਇਜ਼ ਕਲੋਸ ਟੂ ਕਲੋਸ ਟੂ ਥੈਟ ਯੂਜ਼ਡ ਵਿਦਨ ਦਾ ਕੰਪਿਊਟਰ ਕਹਿੰਦਾ ਜਿਹੜੀ ਕੰਪਿਊਟਰ ਦੇ ਨੇੜੇ ਦੀ ਲੈਂਗੁਏਜ ਆਪਾਂ ਨੂੰ ਪਤਾ ਹੈ ਮਸ਼ੀਨ ਲੈਂਗੁਏਜ ਬੋਲਦੇ ਹੈਣਾ ਕਿ ਸਾਰਿਆਂ ਹੀ ਬੋਲਦੇ ਆਪਾਂ ਤਾਂ ਲੋ ਲੈਵਲ ਲੈਂਗੁਏਜ ਹੈ ਜਿਹੜੀ ਵੈਰੀ ਕਲੋਜ਼ ਟੂ ਹੈਗੀ ਆ ਕੰਪਿਊਟਰ ਦੇ ਇਹਨੂੰ ਲੋ ਲੈਵਲ ਲੈਂਗੁਏਜ ਵੀ ਬੋਲਦੇ ਆ ਇਹਨੂੰ ਮਸ਼ੀਨ ਲੈਂਗੁਏਜ ਵੀ ਬੋਲਦੇ ਆ ਇਹਨੂੰ 01 ਵਾਲੀ ਲੈਂਗੁਏਜ ਵੀ ਬੋਲਦੇ ਆ ਯਾਦ ਰੱਖਣਾ ਠੀਕ ਹੈ ਅਸਾਂ ਉਸ ਤੋਂ ਪਹਿਲਾਂ ਲੋ ਲੈਵਲ ਨੇੜੇ ਆ ਫਿਰ ਅਸੈਂਬਲੀ ਨੇੜੇ ਫਿਰ ਤੀਜੇ ਨੰਬਰ ਤੇ ਹਾਈ ਲੈਵਲ ਹੈ ਅਗਲਾ ਕੁਐਸਚਨ ਬਟ ਲੈਂਗੁਏਜ ਡਸ ਅ ਬ੍ਰਾਊਜ਼ਰ ਯੂਜ਼ ਟੂ ਡਿਸਪਲੇ ਇਨਫੋਰਮੇਸ਼ਨ ਫ੍ਰੋਮ ਦੀ ਵਰਲਡ ਵਾਈਡ ਵੈਬ ਆਪਾਂ ਨੂੰ ਪਤਾ ਆਪਾਂ ਪੜਿਆ ਹੋਇਆ ਵਰਲਡ ਵਾਈਡ ਵੈਬ ਇੱਕ ਕੰਟੇਨਰ ਹੈ ਜਿਹੜਾ ਸਾਰੀਆਂ ਵੈਬਸਾਈਟਾਂ ਨੂੰ ਹੋਲਡ ਕਰਕੇ ਰੱਖਦਾ ਹੈ वर्ल्ड वाइड ਵੈਬ ਕਿਹਨੇ ਬਣਾਇਆ ਸੀ 1989 ਦੇ ਵਿੱਚ ਟਿੰਬ ਵਰਨਰਲੀ ਨੇ ਟਿੰਬ ਵਰਨਰਲੀ ਏਸੇ ਬੰਦੇ ਨੇ ਹੀ HTML ਲੈਂਗੁਏਜ ਬਣਾਈ ਹੈ ਟਿੰਬ ਵਰਨਰਲੀ ਨੇ HTML ਏਸੇ ਨੇ ਹੀ ਫਰਸਟ ਬ੍ਰਾਊਜ਼ਰ ਬਣਾਇਆ ਸੀ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਯਾਦ ਰੱਖਣਾ ਹੈ ਫਰਸਟ ਬ੍ਰਾਊਜ਼ਰ ਕਿਹੜਾ ਸੀਗਾ वर्ल्ड वाइड ਵੈਬ ਜਿਹੜਾ ਇਹ ਬਣਾਇਆ ਸੀ 1990 ਦੇ ਵਿੱਚ वर्ल्ड वाइड ਵੈਬ ਜਿਹੜਾ ਕਿ ਬਾਅਦ ਦੇ ਵਿੱਚ ਆ ਦੇਖੋ ਜਿਹੜਾ ਵਰਲਡ ਵਾਈਡ ਵੈਬ ਕੰਟੇਨਰ ਸੀਗਾ ਜਿਹੜਾ ਸਾਰੀਆਂ ਵੈਬਸਾਈਟਾਂ ਨੂੰ ਹੋਲਡ ਕਰਕੇ ਰੱਖਦਾ ਸੀ ਉਹਦਾ ਨਾਮ ਵੀ ਵਰਲਡ ਵਾਈਡ ਵੈਬ ਹੈ ਤੇ ਜਿਹੜਾ ਫਰਸਟ ਬ੍ਰਾਊਜ਼ਰ ਬਣਾਤਾ ਉਹਦਾ ਨਾਮ ਵੀ ਵਰਲਡ ਵਾਈਡ ਵੈਬ ਹੈ ਤਾਂ ਨਾਮ ਕਲੈਸ਼ ਹੋ ਗਿਆ ਨਾ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਮੈਂ ਉਹਦੇ ਬਾਹਰ ਸੈਂਟਰ ਖੋਲਣਾ ਉਹਦਾ ਵੀ ਨਾਮ ਮੈਂ ਪੰਜਾਬੀ ਯੂਨੀਵਰਸਿਟੀ ਰੱਖ ਦਿਆਂ ਕਲੈਸ਼ ਹੋ ਗਿਆ ਸੋ ਜਿਹੜਾ ਪਹਿਲਾਂ ਇਹਨੇ ਬ੍ਰਾਊਜ਼ਰ ਬਣਾਇਆ ਸੀ ਉਹ ਵੀ ਕਲੈਸ਼ ਹੋ ਗਿਆ ਫਿਰ ਇਹਨੇ 1991 ਦੇ ਵਿੱਚ ਕੀ ਕੀਤਾ ਉਹਦਾ ਨਾਮ ਬਦਲ ਕੇ ਕੀ ਰੱਖਤਾ ਨੈਕਸਸ ਰੱਖਤਾ ਠੀਕ ਹੈ 8 ਟੈਂਪਰ ਬਰਨਰ ਲੈਣੇ ਸੀ ਤੇ ਪਰ ਕਈ ਵਾਰੀ ਇਹ ਵੀ ਪੁੱਛ ਲਿਆ ਜਾਂਦਾ ਫਰਸਟ ਗ੍ਰਾਫੀਕਲ ਵੈਬ ਬ੍ਰਾਊਜ਼ਰ ਕਿਹੜਾ ਸੀ ਤਾਂ ਉਹ ਸੀਗਾ ਮੋਇਸਿਕ ਐਮ ਓ ਐਸ ਆਈ ਸੀ ਇਹ ਕੁਐਸਚਨ ਯਾਦ ਰੱਖਣਾ ਬੜਾ ਠੀਕ ਹੈ ਸੋ ਕਿਹੜੀ ਇਹਦੇ ਚ ਪੁੱਛਿਆ ਕੀ ਹੈ ਇਸ ਨੇ ਕਿ ਯੂਜ਼ ਟੂ ਡਿਸਪਲੇ ਦਾ ਇਨਫੋਰਮੇਸ਼ਨ ਫਰੋਮ ਵਰਲਡ ਵਾਈਡ ਵੈਬ ਵਰਲਡ ਵਾਈਡ ਵੈਬ ਤੋਂ ਇਨਫੋਰਮੇਸ਼ਨ ਡਿਸਪਲੇ ਕਾਦੇ ਚ ਕਰਾਉਣੇ ਆਪਾਂ ਵੈਬ ਪੇजेस ਬਣਾਉਣੇ ਆ ਵੈਬ ਪੇਜ ਨੂੰ ਡਿਜ਼ਾਈਨ ਕਰਨ ਲਈ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਐਚ ਟੀ ਐਮ ਐਲ ਸੋ ਕੁਐਸਚਨ ਦੀ ਸੈਂਸ ਕੋਈ ਵੀ ਹੋ ਸਕਦੀ ਹੈ ਕਿਤੇ ਤਾਂ ਉਹਨੇ ਪੁੱਛ ਲਿਆ ਸਿੱਧਾ ਵੀ ਵੈਬ ਪੇਜ ਬਣਾਉਣ ਲਈ ਕਿਹੜੀ ਭਾਸ਼ਾ HTML ਕਿਤੇ ਉਹਨੇ ਪੁੱਛ ਲਿਆ HTML ਕਦ ਲਈ ਵਰਤੀ ਜਾਂਦੀ ਹੈ ਵੈਬ ਪੇਜ ਡਿਜ਼ਾਈਨ ਕਰਨ ਲਈ ਇੱਥੇ ਉਹਨੇ ਥੋੜਾ ਜਿਹਾ ਹੋਰ ਘਮਾਤਾ ਕਹਿੰਦਾ ਕਿਹੜੀ ਲੈਂਗੁਏਜ ਬ੍ਰਾਊਜ਼ਰ ਦੇ ਵਿੱਚ ਇਨਫੋਰਮੇਸ਼ਨ ਨੂੰ ਡਿਸਪਲੇ ਕਰਾਉਣ ਲਈ ਵਰਤੀ ਜਾਂਦੀ ਹੈ ਬ੍ਰਾਊਜ਼ਰ ਦੇ ਵਿੱਚ ਇਨਫੋਰਮੇਸ਼ਨ ਕਿਹੜੀ ਫਾਰਮ ਚ ਦਿਖਦੀ ਹੈ ਵੈਬਸਾਈਟ ਦੇ ਫਾਰਮ ਚ ਵੈਬਸਾਈਟ ਚ ਕੀ ਹੁੰਦੀਆਂ ਨੇ ਵੈਬ ਪੇਜ ਹੁੰਦੇ ਨੇ ਵੈਬ ਪੇਜ ਕਿਹੜੀ ਭਾਸ਼ਾ ਚ ਬਣਦੇ ਨੇ HTML ਦੇ ਵਿੱਚ ਹੈਗਾ ਕੁਝ ਵੈਸੇ ਤਾਂ ਆਪਾਂ ਮੈਂ ਤੁਹਾਨੂੰ C++ ਵੀ ਦੱਸਿਆ ਵੀ C++ ਵੀ ਡਿਜ਼ਾਈਨ ਕਰਨ ਲਈ ਵਰਤੀ ਜਾਂਦੀ ਹੈ ਪਰ HTML بیس ਜ਼ਿਆਦਾ ਯੂਜ਼ ਕਰ ਵਰਤੀ ਨੇ ਠੀਕ ਹੈ ਅੱਗੇ ਹੈਗਾ ਹੂ ਇਜ਼ ਫਾਦਰ ਆਫ ਸੀ ਲੈਂਗੁਏਜ ਆਪਾਂ ਹੁਣੀ ਪੜਿਆ ਸੀ ਡੈਨਿਸ ਰਿਚੀ ਫਾਦਰ ਆਫ ਸੀ ਲੈਂਗੁਏਜ ਠੀਕ ਹੈ ਯਾਦ ਰੱਖਣਾ ਸਟੀਵ ਜੌਬਸ ਇਹ ਨਾ ਜਿਹੜਾ ਇਹ ਇਹ ਬੰਦਾ ਐਪਲ ਦਾ ਫਾਊਂਡਰ ਹੈ ਯਾਦ ਰੱਖਣਾ ਇਹ ਵੀ ਠੀਕ ਹੈ ਮਾਈਕਰੋਸਾਫਟ ਦਾ ਫਾਊਂਡਰ ਸੀਗਾ ਬਿਲ ਗੇਟਸ ਇਹ ਵੀ ਪੁੱਛ ਲੈਂਦਾ ਕਈ ਵਾਰੀ ਬਿਲ ਗੇਟਸ ਤੇ ਫੇਸਬੁੱਕ ਦਾ ਜਿਹੜਾ ਹੈਗਾ ਸੀ ਫਾਊਂਡਰ ਹੈਗਾ ਉਹ ਜਾਂ ਜਿਹੜਾ ਬੰਦਾ ਮੇਨ ਹੈ ਉਹ ਹੈਗਾ ਮਾਰਕ ਜੁਕਰਬਰਗ ਇਹ ਤੁਹਾਨੂੰ ਪਤਾ ਹੀ ਹੈ ਹਨਾ ਆਈ ਥਿੰਕ ਅੱਜ ਮੈਂ ਆਲਰੇਡੀ ਕਰਵਾ ਚੁੱਕੇ ਆਂ ਜੀਆ ਕਰ ਲਿਓ ਹੂ ਇਜ਼ ది ਫਾਦਰ ਆਫ ਐਚਟੀਐਮਐਲ ਇਹ ਆਪਾਂ ਕਰ ਚੁੱਕੇ ਆਂ ਟਿਮ ਬਰਨਰਲੀ ਹੈਨਾ ਤਾਂ ਹੂ ਇਜ਼ ਦਿ ਫੁੱਲ ਫਾਰਮ ਐਚਟੀਐਮਐਲ ਇਹ ਬੜਾ ਵਧੀਆ ਕੁਐਸਚਨ ਹੈ ਹਰ ਵਾਰੀ ਪੁੱਛਿਆ ਜਾਂਦਾ ਬੇਸਿਕ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਕਲੀਅਰ ਸੋ ਇਹ ਸੀਗੇ ਚੈਪਟਰ 11 ਦੇ ਬੇਸਿਕ ਲੈਵਲ ਦੇ ਕੁਐਸਚਨ ਆਪਾਂ ਡਿਸਕਸ ਕੀਤੇ ਨੇ ਸੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਇਹ ਸੀਰੀਜ਼ ਨੂੰ ਪੂਰਾ ਕੰਪਲੀਟ ਕਰਾਂਗੇ 12th ਚੈਪਟਰ ਫਿਰ ਬਾਕੀ ਦੇ ਲੈਵਲ 2 ਤੇ ਵੀ ਜਾਵਾਂਗੇ ਹੌਲੀ ਹੌਲੀ ਆਪਾਂ ਠੀਕ ਹੈ ਸੋ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਤਿਆਰੀ ਕਰ ਰਹੇ ਹੋਵਗੇ ਤੁਹਾਨੂੰ ਚੀਜ਼ਾਂ ਸਮਝ ਆ ਰਹੀਆਂ ਹੋਣਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦਾ ਤੁਹਾਨੂੰ ਕੰਮ ਲੱਗਿਆ ਕੋਈ ਵੀ ਤੁਹਾਨੂੰ ਸੁਜੈਸ਼ਨ ਲੱਗਦਾ ਕਿ ਆਪਾਂ ਹੋਰ ਚੇਂਜਸ ਕਰ ਸਕਦੇ ਆ ਜਾਂ ਇਨ ਫਿਊਚਰ ਕੀ ਚਾਹੀਦਾ ਆਪਾਂ ਨੂੰ ਤਾਂ ਉਹ ਤੁਸੀਂ ਮਤਲਬ ਮੈਨੂੰ ਸੁਜੈਸਟ ਕਰ ਸਕਦੇ ਹੋ ਥੈਂਕ ਯੂ